ਸਿੱਧੂ ਜਿੰਦਾ ਸੀਗਾ ਮੂਸੇ ਵਾਲਾ, ਉਹਨੂੰ ਬਿੰਗੇ ਮੂੰਹ ਵਾਲਾ ਪਤਾ ਨੀ ਕੀ ਕਿਹਾ। ਅਸੀਂ ਤਾਂ ਕੁਛ ਵੀ ਨੀ, ਮੈਨੂੰ ਤਾਂ ਕਾਰਟੂਨ ਨੇ ਕਿਹਾ ਹੋਊਗਾ। ਮੈਂ ਲਿਖਣਾ ਸਭ ਤੋਂ ਪਹਿਲਾਂ ਜੇਲ੍ਹ 'ਚ ਸ਼ੁਰੂ ਕੀਤਾ। ਜੇਲ੍ਹ 'ਚ ਕਿਹੜੀ ਉਮਰ 'ਚ? ਮੈਂ ਅੱਜ ਤੋਂ 10 ਸਾਲ ਪਹਿਲਾਂ। ਕਿਹੜੇ ਕੇਸ 'ਚ? ਮੈਂ ਸਾਡੇ 'ਤੇ ਬਥੇਰਾ ਮਿੱਤੇ ਡਕੈਤੀ ਦਾ ਵੀ ਸੀਗਾ, ਕਰਨ ਔਜਲਾ। ਕਰਨ ਔਜਲੇ ਨਾਲ ਉਹ ਆਪਾਂ ਨੂੰ ਮੈਸੇਜ ਕਰਦਾ ਰਹਿੰਦਾ, ਰਿਪਲਾਈ ਦੇ ਦਿੰਦਾ। ਕਰਨ ਔਜਲੇ ਨੇ ਦੇਖੋ ਗੋਪੀ ਲੌਂਗੀ ਨੂੰ ਮੈਸੇਜ ਕੀਤਾ ਕਿ ਖਿੱਚ ਕੇ ਰੱਖ ਕੰਮ, ਦੁਨੀਆ ਦੀ ਪਰਵਾਹ ਘੱਟ ਕਰ, ਵਧੀਆ ਲਿਖਦਾ ਤੂੰ, ਲਿਖਣ ਤੇ ਧਿਆਨ ਦੇ। ਹੋਰ ਗੋਪੀ ਲੌਂਗੀ ਤੇ ਸੋਨੀ ਕਰਿਊ ਇਕੱਠੇ ਸ਼ੁਰੂ ਹੋਏ ਸੀਗੇ, ਹਾਂਜੀ ਹਾਂਜੀ, ਹੈਨਾ। ਹੁਣ ਬਈ ਸੋਨੀ ਤੇ ਜਿਹੜਾ ਛੋਟੇ ਹੈਗਾ ਆ, ਉਹਦੀ ਵਿਚਾਰੀ ਡੈਥ ਹੋ ਗਈ। ਡੈਥ ਹੋ ਗਈ, ਉਹ ਮੈਨੂੰ ਨਾ ਦੁੱਖ ਹੁੰਦਾ, ਜੇ ਮੈਨੂੰ ਨਹੀਂ ਸੀ ਪਤਾ ਵੀ ਉਹਦੀ ਇੰਨੀ ਘੱਟ ਉਮਰ ਸੀਗੀ। ਮੈਨੂੰ ਇੰਨਾ ਥੋੜ੍ਹੀ ਖੁਸ਼ੀ ਆ ਕਿ ਜਿੱਦਣ ਉਹਦੀ ਡੈਥ ਹੋਈ ਆ, ਉਹ ਤੋਂ 5 ਦਿਨ ਪਹਿਲਾਂ ਮੈਨੂੰ ਫੋਨ ਹੋਇਆ, ਅੱਛਾ ਬਾਈ ਮੈਂ ਵਾਪਸ ਆਉਣਾ ਚਾਹੁੰਦਾ। ਸਿੱਧੂ ਮੂਸੇ ਵਾਲੇ ਨਾਲ ਆਪਣਾ ਕੁਛ ਜ਼ਿਆਦਾ ਵਧੀਆ ਤਰੀਕੇ ਨਾਲ ਤਾਂ ਕੋਈ ਇੱਦਾਂ ਰਾਬਤਾ ਨਹੀਂ ਹੋਇਆ। ਮੈਨੂੰ ਇੱਕ ਵਾਰੀ ਇੱਥੇ ਸਟੂਡੀਓ ਆ ਮੋਹਾਲੀ ਦੇ ਵਿੱਚ, ਉਹ ਸਟੂਡੀਓ ਦੇ ਵਿੱਚ ਮੈਨੂੰ ਮਿਲਿਆ। ਮੈਂ ਫੋਟੋ ਨਹੀਂ ਕਰਾਈ ਉਹਨੇ, ਕਿਉਂ ਨਹੀਂ ਕਰਾਈ? ਮੈਂ ਇੱਕ ਵਾਰੀ ਕਿਤੇ ਫੰਕਸ਼ਨ ਦੇ ਵਿੱਚ ਨਾ ਉਹ ਮਜ਼ਾਕ ਉਡਾਤਾ ਸੀ, ਉਹ ਗਾਣਾ ਓਲਡ ਸਕੂਲ ਗਾਣਾ ਸੀ ਉਹਦਾ, ਮਜ਼ਾਕ ਪਰ ਬਟ ਮੈਂ ਵੀਡੀਓ ਡਿਲੀਟ ਕਰਤੀ, ਉਹ ਵੀਡੀਓ ਕਾਫੀ ਵਾਇਰਲ ਹੋ ਗਈ। ਫਿਰ ਮੈਂ ਸੌਰੀ ਫੀਲ ਕੀਤੀ, ਜਿਹੜੀ ਉਹ ਮਜ਼ਾਕ ਵਾਲੀ ਵੀਡੀਓ ਸੀ ਉਹ ਸਿੱਧੂ ਨੇ ਸ਼ੇਅਰ ਕਰ ਦਿੱਤੀ ਵੀ ਆਹ ਦੇ ਬਿੱਲੀਆਂ ਕਹਿ ਕੇ ਮੈਨੂੰ ਕੁਛ ਇੱਦਾਂ ਉਹਨੂੰ। ਸਿੱਧੂ ਜੇ ਅੱਜ ਜਿੰਦਾ ਹੁੰਦਾ, ਇੰਨੀ ਗੱਲ ਮੈਂ ਤੁਹਾਨੂੰ ਵਾਅਦੇ ਨਾਲ ਕਹਿੰਦਾ ਵੀ ਸਾਡੀ ਕੋਲੈਬੋਰੇਸ਼ਨ ਦੋਨਾਂ ਦੀ ਆਉਣੀ ਸੀ। ਵੀ ਕਰਦੇ ਰਹੇ ਗੋਪੀ ਵਿੱਚ, ਮੈਂ ਆਪਣੇ ਟਾਈਮ 'ਚ ਬਥੇਰਾ ਆਪਣਾ, ਸਾਡੇ ਜਿੱਥੇ ਕਾਂਡ ਹੁੰਦਾ ਸੀ ਪਹਿਲਾਂ ਨਾਮ ਮੇਰਾ ਹੀ ਸੀਗਾ। ਅੱਛਾ, ਹਾਂ ਆਪਣੇ ਟਾਈਮ 'ਚ ਇੱਦਾਂ ਆਪਾਂ ਬਥੇਰੀ ਬਹੁਤ ਮਤਲਬ ਕਿ ਪੁੱਠੇ ਸਿੱਧੇ ਕੰਮ ਕੀਤੇ। ਸਤਿ ਸ਼੍ਰੀ ਅਕਾਲ ਜੀ, ਮੈਂ ਸਾਹਿਲ, ਤੁਸੀਂ ਦੇਖ ਰਹੇ ਹੋ ਜੀ ਨਿਊਜ਼ 18 ਪੰਜਾਬ। ਵੀ ਅੱਜ ਅਸੀਂ ਆਏ ਜੀ ਸ਼ਹਿਰ ਮੋਹਾਲੀ ਦੇ ਸੁਸਾਇਟੀ 'ਚ ਇੱਕ, ਅਤੇ ਨਾਲ ਸਾਡੇ ਬੈਠੇ ਜੀ ਗੋਪੀ ਵੀਰਾ। ਕੀ ਹਾਲ ਚਾਲ ਨੇ ਬਾਬੇ? ਬਹੁਤ ਵਧੀਆ ਤੁਸੀਂ ਏਦਾਂ ਕਹੋ, ਕੀ ਹਾਲ ਚਾਲ ਨੇ? ਕੀ ਹਾਲ ਚਾਲ ਨੇ? ਮੈਨੂੰ ਏਦਾਂ ਲੱਗਦਾ ਕਿ ਜਿਹੜਾ ਇਹ ਆ ਨਾ, ਇਹ ਇੰਨਾ ਕੁ ਚੱਲ ਰਿਹਾ ਨਾ ਗੋਪੀ ਬਾਈ, ਕਿ ਸਵਾਦ ਹਰ ਇੱਕ ਤੀਜੇ ਜਵਾਕ ਦੇ ਹੱਥਾਂ 'ਚ ਇਹ ਆ ਤੇ ਵੱਡਿਆਂ ਦੇ ਬੜੇ ਹੱਥਾਂ 'ਚ। ਬਿਲਕੁਲ ਬਿਲਕੁਲ, ਡਬਲਯੂ ਦਿਖਾਉਂਦੇ ਮੁੰਡੇ ਸੜਕਾਂ ਤੇ ਮੈਨੂੰ ਇਹਦਾ ਹਰੇਕ ਇਹ ਹੈ ਨਾ, ਹਰੇਕ ਸਾਈਨ ਦਾ ਮਤਲਬ ਹੁੰਦਾ ਕੋਈ, ਹੈ ਨਾ ਅਲੱਗ ਅਲੱਗ ਲੋਗੋ, ਜਿੱਦਾਂ ਕਈ ਡਬਲਯੂ ਦਿੰਦੇ, ਜ਼ਿਆਦਾ ਡਬਲਯੂ ਦਿਖਾਉਂਦੇ ਲੋਕੀ, ਕਈ ਵੈਬਸਾਈਟ ਕਹਿ ਦਿੰਦੇ, ਕਈ ਵਾਰਨਿੰਗ, ਹਾਂ ਵਾਰਨਿੰਗ, ਹਾਂ ਜਿੱਦਣ ਨੂੰ ਮਰਜ਼ੀ ਜਿਹਦੇ ਨਾਂ ਦੇ ਮੂਹਰੇ ਲੱਗਦਾ ਕੁਛ ਏਦਾਂ ਮਤਲਬ ਹੁੰਦਾ ਹਰੇਕ ਦਾ। ਆਪਣੀ ਇੱਕ ਵਾਰ ਬੋਲ ਕੇ ਦਿਖਾਇਓ, ਇਹ ਗੋਪੀ ਲੌਂਗੀ ਜਿਵੇਂ ਨਾਂ ਬੋਲਦੇ ਹੋ ਆਪਣਾ। ਲੌਂਗੀਆ ਘੈਂਟਾ ਯਾਰ। ਫਿਲਹਾਲ ਮੈਂ ਕਿਹਾ ਚਲੋ ਇਹ ਮੁਲਾਕਾਤ ਦਾ ਰੱਬ ਦਾ ਕੋਈ ਗਾਣਾ ਜਾਂ ਕੋਈ ਕਿਸੇ ਚੀਜ਼ ਨੂੰ ਲੈ ਕੇ ਸੀਗਾ ਨੀ, ਆਪਣਾ ਦਿਲ ਸੀਗਾ ਗੋਪੀ ਬਾਈ ਕਿ ਚਲੋ ਅਸੀਂ ਤੁਹਾਡੇ ਕੋਲ ਆਈਏ ਤੇ ਰੌਣਕਾਂ ਰੌਣਕਾਂ ਲਾਈਏ। ਬਿਲਕੁਲ ਬਿਲਕੁਲ ਬਿਲਕੁਲ, ਹੈ ਨਾ। ਥੋੜ੍ਹਾ ਹੋਰ ਤੁਹਾਡੀ ਜ਼ਿੰਦਗੀ ਜ਼ਿੰਦਗੀ ਬਾਰੇ ਦੇਖੀਏ। ਹੋਰ ਸੁਣਾਓ, ਕਿਵੇਂ ਅੱਜ ਕੱਲ੍ਹ, ਕਿਵੇਂ ਚੱਲਦਾ ਕੰਮ ਕਾਰ? ਬਸ ਵਧੀਆ ਨੇ ਯਾਰ। ਘੈਂਟਾ, ਹੋਰ ਰੈਪ ਕਿਵੇਂ ਚੱਲਦਾ? ਬਸ ਵਧੀਆ, ਲੋਕੀ ਸਾਥ ਦੇ ਜਾਂਦੇ ਆ ਤੇ ਆਪਾਂ ਕਰੀ ਜਾਂਦੇ। ਅੱਜ ਕੱਲ੍ਹ ਕੀ ਚੱਲ ਰਿਹਾ ਖਾਸ? ਕੁਛ ਖਾਸ, ਹੁਣੇ ਗਾਣੇ ਮੈਂ 3 ਇਕੱਠੇ ਰਿਲੀਜ਼ ਕੀਤੇ, ਵਾਰਨਿੰਗ ਟੂ ਪੰਜਾਬ, ਹਾਂ 65-64। ਅੱਛਾ, ਹੈ ਨਾ, ਤੇ ਇੱਕ ਹੋਰ ਮਿੱਤਰਾਂ ਤੋਂ ਪਰੇ ਹੋ ਗਏ ਨਾ ਚੋ। ਇਹ ਗਾਣਾ 5 ਸਾਲ ਬਾਅਦ ਰਿਲੀਜ਼ ਹੋਇਆ, ਇਹ ਗਾਣਾ ਪਹਿਲਾਂ ਹੀ ਹਿੱਟ ਸੀ, ਅੱਜ ਤੋਂ 5 ਸਾਲ ਪਹਿਲਾਂ ਆਲਰੇਡੀ ਹਿੱਟ ਸੀਗਾ। ਅੱਛਾ, ਟਿਕਟੋਕ ਤੇ ਵਗੈਰਾ ਬਹੁਤ ਚੱਲਿਆ ਜੀ, ਕੁਛ ਪ੍ਰੋਬਲਮ ਕਰਕੇ ਕੰਪਨੀਆਂ ਕੁੰਪਨੀਆਂ ਦੀ ਨੋਜ ਹੋ ਗਈ, ਇੱਦਾਂ ਹੀ 5 ਸਾਲ ਲੱਗ ਗਿਆ। 5 ਸਾਲ ਬਾਅਦ ਮੈਂ ਗਾਣਾ ਹੁਣ ਰਿਲੀਜ਼ ਕਰ ਪਾਇਆ। ਗੋਪੀ ਬਾਈ, ਇੱਕ ਨਾ ਲੋਕੀ ਕਹਿੰਦੇ ਆ, ਕਹਿੰਦੇ ਜਿਹੜਾ ਪਹਿਲਾਂ ਗੋਪੀ ਸੀਗਾ ਤੇ ਹੁਣ ਗੋਪੀ ਆ, ਉਹ ਬਹੁਤ ਗੋਪੀ ਬਦਲ ਗਿਆ। ਹਾਂਜੀ ਹਾਂਜੀ, ਹੈ ਨਾ, ਬਿਲਕੁਲ। ਤੁਸੀਂ ਕਿਵੇਂ ਲੈਂਦੇ ਹੋ ਇਹਨੂੰ? ਨਹੀਂ ਮੈਂ ਬਦਲਿਆ,
ਇਸ ਦਾ ਹਰੇਕ ਚੀਜ਼ ਦਾ ਰੀਜਨ ਹੁੰਦਾ। ਕੀ ਕਾਰਨ? ਕਾਰਨ ਆਪਾਂ ਵੀ ਉਹ ਕਹਿਣਾ ਕੰਟਰੋਵਰਸੀ ਵਾਲੀ ਗੱਲ ਹੋ ਗਈ ਹੈ ਨਾ, ਉਦਾਂ ਮੈਂ ਤਾਂ ਸਾਰੇ ਪੰਜਾਬ ਨੂੰ ਪਤਾ ਵੀ ਮੈਂ ਕਿਉਂ ਬਦਲਿਆ, ਤੁਹਾਨੂੰ ਮੈਂ ਪਰਸਨਲ ਵੀ ਚਲੋ ਚੱਲ ਸ਼ਾਇਦ ਤੁਹਾਨੂੰ ਵੀ ਪਤਾ ਹੋਵੇ, ਤੇ ਕੈਮਰੇ ਅੱਗੇ ਬੈਠੇ ਹਾਂ ਦਾਦਾ, ਉਹੀ ਕਿਸੇ ਆਰਟਿਸਟ ਦਾ ਜੋਕਰ ਕਹਿਣਾ, ਸੀਨੀਅਰ ਆਰਟਿਸਟ ਦਾ ਕਿਸੇ ਦਾ ਮੈਨੂੰ ਜੋਕਰ ਕਹਿਣਾ ਅੱਜ ਤੋਂ 3 ਸਾਲ ਪਹਿਲਾਂ, ਮੈਂ ਹੁਣ ਨਾਂ ਨਹੀਂ ਲੈਣਾ ਕਿਉਂਕਿ ਹੁਣ ਉਹ ਪਿੱਛੇ ਰਹਿ ਗਿਆ ਸਾਡੇ ਤੋਂ ਹੁਣ, ਹੈ ਨਾ। ਅਤੇ ਚਲੋ ਫਿਰ ਵੀ ਚਲੋ ਜਿਹਨੂੰ ਬੰਦਾ ਸੁਣਦਾ ਕੋਚ ਤਾਂ ਕੋਚ ਹੀ ਰਹਿੰਦਾ, ਉਹ ਤਾਂ ਨਹੀਂ ਕਦੀ ਵੀ, ਹੈ ਨਾ। ਪਰ ਦਿਲ ਦੀ ਸਾਡੀ ਥਿੰਕਿੰਗ ਚੇਂਜ ਹੋ ਜਾਂਦੀ ਹੈ ਜਦੋਂ ਆਪਾਂ ਬੰਦੇ ਦਾ ਅਸਲੀ ਚਿਹਰਾ ਦੇਖ ਲੈਂਦੇ ਹਾਂ, ਉਹਨੂੰ ਆਪਾਂ ਕੀ ਮੰਨਦੇ ਸੀ ਜਾਂ ਕੁਛ, ਹੈ ਨਾ, ਇਹ ਚੀਜ਼ਾਂ ਕਰਕੇ। ਬਾਕੀ ਇੱਦਾਂ ਆ, ਜੇ ਕੋਈ ਮੈਨੂੰ ਇੱਦਾਂ ਮੈਨੂੰ ਜ਼ਿਕਰ ਹੀ ਇੱਦਾਂ ਕਰਾਉਂਦਾ, ਮੈਨੂੰ ਮਹਿਸੂਸ ਹੀ ਨਾ ਕਰਾਉਂਦਾ ਵੀ ਤੂੰ ਜੋਕਰ ਜਾਂ ਇਹ ਚੀਜ਼ ਬਹੁਤ ਚੀਜ਼ ਹੈ ਨਾ, ਅਤੇ ਮੈਂ ਸ਼ਾਇਦ ਇੱਥੇ ਹੁੰਦਾ ਹੀ ਨਾ। ਮੈਂ ਉਹਦੇ ਕਰਕੇ ਬਹੁਤ ਹੱਥੋਂ ਫਿਲਮਾਂ ਗਵਾਈਆਂ, ਕਮੇਡੀ ਆਈ ਮੈਨੂੰ, ਕਮੇਡੀ ਫਿਲਮਾਂ ਵਿੱਚ ਅਕਸਰ ਬਹੁਤ ਮੈਨੂੰ ਔਫਰਾਂ ਮਿਲੀਆਂ, ਮੈਂ ਬਹੁਤ ਫਿਲਮਾਂ ਠੁਕਰਾਈਆਂ, ਫਿਰ ਮੈਂ ਡਿਪਰੈਸ਼ਨ ਦੇ ਵਿੱਚ ਰਿਹਾ, ਬੀਟਾਂ ਲਾ ਕੇ ਇਕੱਲੇ ਨੇ ਰਿਹਰਸਲ ਕਰੀ ਜਾਣਾ, ਨਾ ਕੋਈ ਮਿਊਜ਼ਿਕ ਡਾਇਰੈਕਟਰ ਸੀ, ਨਾ ਕੋਈ ਸਦਾ ਲੈਣਾ ਨਾ ਦੇਣਾ, ਮੈਨੂੰ ਮੇਰੀ ਟੀਮ ਨੇ ਸੰਭਾਲਿਆ, ਮੇਰੀ ਟੀਮ ਨੇ ਮੈਨੂੰ ਡਿਪਰੈਸ਼ਨ 'ਚੋਂ ਕੱਢਿਆ, 4 ਬੰਦੇ ਇਕੱਠੇ ਕੀਤੇ, ਆਪਣੀ ਟੀਮ ਬਣਾਈ, ਫਿਰ ਮੈਨੂੰ ਗੇਮ 'ਚ ਆਉਣਾ ਪਿਆ, ਮੈਂ ਕਿਸੇ ਦੇ ਕਹਿਣ ਕਰਕੇ ਜਾਂ ਕਿਸੇ ਨੇ ਉਕਸਾਉਣ ਕਰਕੇ, ਹੈ ਨਾ, ਨਹੀਂ ਤਾਂ ਚੱਲੀ ਜਾਂਦਾ ਸੀ ਉਸ ਵੇਲੇ ਵੀ, ਹੈ ਨਾ। ਅਤੇ ਬਸ ਠੀਕ ਆ, ਹੁਣ ਉਸ ਵੇਲੇ ਚਲੋ ਠੀਕ ਸੀਗਾ, ਜੋ ਵੀ ਵਧੀਆ ਵਧੀਆ ਹੀ ਕਰਨਾ ਰੱਬ ਨੂੰ, ਤੇ ਚਲੋ ਤੁਸੀਂ, ਕਿਉਂਕਿ ਜਿਹੜਾ 3-4 ਸਾਲ 5 ਸਾਲ ਪਹਿਲਾਂ ਗੋਪੀ ਦੇਖਦੇ ਸੀਗੇ, ਹੈ ਨਾ, ਲੋਕੀ ਕਹਿੰਦੇ ਕਿ ਨਸ਼ੇ ਕਰਦਾ ਹੈ, ਹਾਂਜੀ, ਬੋਲਦਾ ਹੈ, ਹਾਂ ਕੀ ਗੰਦ ਪਾਇਆ ਹੋਇਆ, ਹਾਂ ਹੈ ਨਾ, ਇਹ ਗੋਪੀ ਭਾਈ ਨਹੀਂ, ਇਹ ਤਾਂ ਮੈਂ ਇੱਕ ਬਹੁਤ ਸੋਹਣਾ ਜਵਾਬ ਦਊਂਗਾ, ਹਾਂ, ਨਸ਼ਾ ਇਸ ਵੇਲੇ ਲੋਕੀ ਕਹਿੰਦੇ ਸਾਰਾ ਪੰਜਾਬ ਕਰਦਾ, ਹਾਂ ਕਰਦਾ ਨਾ, ਕਦੀ ਕਿਸੇ ਦੀ ਜ਼ਰੂਰਤ ਪਈ ਆ ਵੀ ਅਸੀਂ ਫਲਾਨੇ ਨੂੰ ਜਾ ਕੇ ਗਲੋਂ ਫੜ ਲਈਏ, ਕਿਸੇ ਦੀ ਜ਼ਰੂਰਤ ਹੋਈ ਆ ਵੀ ਮੈਂ ਨਸ਼ਾ ਕਰਕੇ ਪਿੰਡ ਦੇ ਸਰਪੰਚ ਨੂੰ ਗਲੋਂ ਫੜ ਲਵਾਂ, ਕਿਸੇ ਦੀ ਜ਼ਰੂਰਤ ਹੋਈ ਕਿ ਮੈਂ ਨਸ਼ੇ ਦਾ ਫੜ ਕੇ ਇਹਦਾ MLA ਨੂੰ ਹੱਥ ਪਾ ਲਵਾਂ, ਨਹੀਂ ਹੋਈ ਨਾ, ਨਸ਼ਾ ਕਰਕੇ ਜ਼ਰੂਰਤ ਨਹੀਂ ਆਉਂਦੀ। ਨਸ਼ਾ ਜੇ ਕੋਈ ਕਰਦਾ ਆ ਉਹਦੀ ਉਹ ਆਪਣੀ ਸਰੀਰਕ ਪ੍ਰੋਬਲਮ ਜਾਂ ਉਹਨੂੰ ਉਹਦੀ ਆਪਣੀ ਪਰਸਨਲ ਗੱਲ ਆ, ਅਗਲਾ ਕਰਦਾ ਜਾਂ ਕਿ ਨਹੀਂ, ਤੁਸੀਂ ਪਰਸਨਲੀ ਕਿਸੇ ਨੂੰ ਨਹੀਂ ਕੁਛ ਕਹਿ ਸਕਦੇ, ਠੀਕ ਆ। ਇਹਦਾ ਜਵਾਬ ਇਹ ਆ ਕੇ ਕਹਿੰਦੇ ਨਸ਼ੇ ਖਾ ਕੇ ਬੋਲਤਾ, ਮੈਂ ਤਾਂ ਅੱਜ ਤੱਕ ਦੇਖਿਆ ਨਹੀਂ ਕਿ ਕਿਸੇ ਨੇ CM 'ਤੇ ਉਂਗਲ ਚੱਕਤੀ ਹੋਊਗੀ ਨਸ਼ਾ ਕਰਕੇ, ਹੈ ਨਾ। ਅਸੀਂ ਨਸ਼ਾ ਕਰਕੇ ਕੋਈ ਰਾਈਟਰ ਬਣਦਾ, ਇੱਦਾਂ ਨਹੀਂ ਹੁੰਦਾ ਕੁਛ ਵੀ, ਇਹ ਨਹੀਂ ਹੈ ਹੁੰਦਾ ਵੀ ਨਸ਼ੇੜੀ ਜੇ ਕਰਤਾ ਹੋਵੇ, ਉਹ ਇੱਦਾਂ ਕੁਛ ਨਹੀਂ ਹੁੰਦਾ। ਤੁਹਾਡੀ ਕਲਮ 'ਚ ਜਾਮੋਆਂ ਤੁਸੀਂ ਚੱਲੋਗੇ, ਜੇ ਨਹੀਂ ਚੱਲਣਾ ਤਾਂ ਤੁਸੀਂ ਨਹੀਂ ਚੱਲੋਗੇ। ਤੇ ਗੋਪੀ ਭਾਈ ਦੂਜੀ ਗੱਲ ਇਹ ਹੈ ਵੀ ਜਦੋਂ ਨਸ਼ੇ ਦੀ ਗੱਲ ਕੀਤੀ ਜਾਂਦੀ ਸੀ, ਕਿਹੜਾ ਕਿਹੜਾ ਨਸ਼ਾ ਜ਼ਿੰਦਗੀ ਵਿੱਚ ਵੀ ਕਰ ਚੁੱਕੇ ਹੋ? ਮੈਂ ਚਲੋ ਅੱਜ ਨਸ਼ੇ ਦੀਆਂ ਵੀ ਗੱਲਾਂ ਮੈਂ ਕਰਾਂ, ਮੈਂ ਦਾਰੂ ਦੂਰੂ ਤਾਂ ਆਪਾਂ ਪੀਂਦੇ ਨਹੀਂ, ਹੈ ਨਾ, ਮੈਂ ਚਲੋ ਵੀੜ ਵੂੜ ਮਾੜੀ ਬੁੱਟੀ ਕਿਤੇ, ਹੈ ਨਾ, ਗਫੀ ਪੀਂ ਕਿਤੇ, ਹੋਰ ਕੋਈ ਵੀ ਨਸ਼ਾ ਮੈਂ ਆਪ ਨੇੜੇ ਨਾ ਆਉਣ ਦਿੱਤਾ ਨਾ ਆਪਾਂ ਕੋਈ ਵੀ, ਹੈ ਨਾ, ਸਿਰਫ ਇਹੀ ਕਰਦੇ, ਇਹ ਵੀ ਆ, ਇਹ ਵੀ ਕੋਈ ਇਹ ਨਹੀਂ ਵੀ ਆਪਾਂ ਨੂੰ ਹੱਡੀ ਲੱਗਾ ਜਾਂ ਕੁਛ ਏਦਾਂ, ਬਸ ਆਪਾਂ ਕਰਦੇ ਹਾਂ, ਮੈਂ ਨਹੀਂ ਸਮਝਿਆ ਕੋਈ ਲਗਾਵਾਂ, ਕੋਈ ਨਹੀਂ ਦੱਸ ਦਿੰਦੇ ਹਾਂ, ਕੱਲ੍ਹ ਨੂੰ ਕੋਈ ਮੈਂ ਕਿਤੇ ਖੜਾ ਹੋਵਾਂ ਕਿਤੇ, ਮੈਨੂੰ ਪਬਲਿਕ ਪਲੇਸਮੈਂਟ 'ਤੇ ਕੋਈ ਕਹਿ ਦੇਵੇ ਕਹਿੰਦਾ ਇਹ ਤਾਂ ਝੂਠਾ ਸੀ ਯਾਰ ਤੇਰੀ, ਅਸੀਂ ਇੰਟਰਵਿਊ ਦੇਖੀ ਲਾਉਂਗੇ ਆ, ਤੂੰ ਇੱਦਾਂ ਕਰਦਾ ਹੁਣ ਤੂੰ ਪੀਣ ਡਿਆ, ਇਹ ਸਿਰਫ ਮੈਂ ਝੂਠਾ ਨਾ ਹੋਵਾਂ ਤਾਂ ਮੈਂ ਦੱਸਦਾ ਕਿ ਕੋਈ ਕੱਲ੍ਹ ਮੈਨੂੰ ਦੇਖ ਲਵੇ ਤਾਂ ਮੈਂ ਸ਼ਰਮਿੰਦਾ ਹੋਵਾਂ ਨਾ, ਕਿਉਂਕਿ ਸੱਚਾ ਕਰਦਾਰ ਜੋ ਵੀ ਆ, ਹੈ ਨਾ, ਜੋ ਆ ਸਾਹਮਣੇ ਆ, ਕੁਛ ਲੈ ਨਹੀਂ, ਸ਼ੀਸ਼ਾ ਹੈ ਨਹੀਂ, ਲੁਕਾਇਆ ਨਹੀਂ, ਕੰਨਾਂ ਚ ਵਾਲੀਆਂ, ਗਲੇ ਚ ਚੈਨ, ਚੈਨ ਵੀ ਇੱਕ ਅਲੱਗ ਤਰੀਕੇ ਦੀ, ਹੈ ਨਾ, ਹਾਂਜੀ ਹਾਂਜੀ, ਇਹ ਗੋਪੀ ਦਾ ਸਟਾਈਲ ਆ, ਇਹ ਬਿਲਕੁਲ ਇਹ ਸਟਾਈਲ ਆ, ਬਿਲਕੁਲ ਇਹ ਸਟਾਈਲ ਕਾਪੀ ਕੀਤਾ ਕਿ ਅਪਗ੍ਰੇਡ ਕੀਤਾ? ਨਹੀਂ, ਇਦਾਂ ਦਾ ਕਾਪੀ ਕਿਸੇ ਦਾ ਹੈਗਾ ਤਾਂ ਮੈਨੂੰ ਦੱਸ ਦੋ ਵੀ ਲੱਗਾ ਦਾ। ਹਾਂ, ਮੇਰੇ ਪਹਿਲਾਂ ਦਾ ਸਟਾਰਟਿੰਗ 'ਚ 2 ਗਾਣੇ ਆਏ ਸੀਗੇ,
ਕਿਸੇ ਦੀ ਵੋਕਲ ਨਾਲ ਮੇਰੀ ਵੋਕਲ ਮੈਚ ਕਰਦੀ ਸੀ, ਮੈਂ ਜਾਣ ਬੁੱਝ ਕੇ ਨਹੀਂ ਸੀ ਮੈਚ ਕਰਦਾ, ਅਤੇ ਉਹ ਚੀਜ਼ ਦਾ ਮੈਨੂੰ ਨੁਕਸਾਨ ਬਹੁਤ ਜ਼ਿਆਦਾ ਭਰਿਆ ਮੈਂ, ਅਤੇ ਮੇਰੀ ਕਿਸੇ ਨਾਲ ਵੋਕਲ ਮੈਚ ਕਰਦੀ ਸੀ ਅਤੇ ਮੈਂ ਇੱਦਾਂ ਹੈ ਨਾ ਉਹਨਾਂ ਮੈਨੂੰ ਰਲਾਉਣ ਲੱਗ ਪਏ ਹੋਰ ਆਰਟਿਸਟ ਨਾਲ, ਹੈ ਨਾ, ਅਸੀਂ ਵੋਕਲ 'ਤੇ ਵੀ ਟ੍ਰੀਟਮੈਂਟ ਕੀਤਾ, ਆਪਣੀ ਵੋਕਲ ਨੂੰ ਆਪਣੇ ਵਾਂਗ ਸਜਾਇਆ, ਠੀਕ ਹੈ, ਤੇ ਬਾਕੀ ਚੱਲੀ ਜਾਣੇ ਦੁਨੀਆ ਦੇ ਕੰਮ ਜਾ। ਕਹਿੰਦੇ ਜਿਹੜਾ ਬੰਦਾ ਸੋਸ਼ਲ ਮੀਡੀਆ 'ਤੇ ਫੇਮਸ ਹੁੰਦਾ ਨਾ, ਜਿਵੇਂ ਤੁਸੀਂ ਹੋਇਆ ਕੋਈ ਹੋਇਆ ਆ, ਜਿਹੜਾ ਬੰਦਾ ਕੁਛ ਵੀ ਹਰਕਤਾਂ ਕਰਦਾ, ਜਿਵੇਂ ਲੋਕੀ ਕਹਿੰਦੇ ਸੀਗੇ ਕਿ ਯਾਰ ਗੋਪੀ ਹੋਰੀ ਕੁਛ ਵੀ ਹਰਕਤਾਂ ਕਰਦੇ ਆ, ਇੱਕ ਹੀ ਬਕਵਾਸ ਚੀਜ਼ਾਂ ਫੈਲਾਈਆਂ ਹੋਈਆਂ ਸੋਸ਼ਲ ਮੀਡੀਆ 'ਤੇ, ਹੈ ਨਾ, ਵੀ ਕਿਸੇ ਵੀ ਤਰੀਕੇ ਨਾਲ ਤੁਰ ਪੈਣਾ, ਹਾਂਜੀ ਹਾਂਜੀ, ਲੋਕ ਤਾਂ ਮਾੜਾ ਚੰਗਾ ਬਹੁਤ ਬੋਲਦੇ ਆ ਨਾ ਗੋਪੀ ਕਰੀ, ਇਹ ਚੀਜ਼ ਦਾ ਵੀ ਤੁਹਾਨੂੰ ਕਦੀ ਹੋਇਆ ਖਿਆਲ 'ਚ ਵੀ ਯਾਰ ਮਜ਼ਾਕ ਬਣ ਰਿਹਾ ਸਮਾਜ ਵਿੱਚ ਵੀ ਕਿਉਂ ਏਦਾਂ ਮਾੜਾ ਬੋਲਦੇ ਆ ਲੋਕੀ, ਜਦੋਂ ਕਿਉਂਕਿ ਲੋਕ ਬੋਲਿਆ ਤਾਂ ਉਹਨੇ ਮਾੜਾ, ਦੇਖੋ ਜਿਹਨੇ ਜਿਹਦੀ ਆਦਤ ਆ ਜਿਹਦੀ ਫਿਤਰਤ ਵਾ ਉਲਟਾ ਉਹ ਕਰੀ ਜਾਂਦਾ, ਮਜ਼ਾਕ ਤਾਂ ਸਰਤਾਜ ਨਾਲ ਵੀ ਹੁੰਦਾ, ਹੁਣ ਇਹ ਤਾਂ ਤੁਸੀਂ ਛੱਡੋ, ਇਹਦਾ ਮਜ਼ਾਕ ਇਹ ਤਾਂ ਜਿਹਦੀ ਫਿਤਰਤ ਆ ਉਹਨੂੰ ਕਰੀ ਜਾਣਾ, ਹੈ ਨਾ, ਜਿਹਦੀ ਬਾਕੀ ਇੱਦਾਂ ਆ, ਮਜ਼ਾਕ ਮੇਰਾ ਬਹੁਤ ਉਡਾਇਆ ਗਿਆ 3 ਸਾਲ ਪਹਿਲਾਂ, 2.5-3 ਸਾਲ ਪਹਿਲਾਂ, ਅਤੇ ਉਹੀ ਬੰਦੇ ਅੱਜ ਮੇਰੇ ਕਮੈਂਟ ਸੈਕਸ਼ਨ 'ਚ ਜਾ ਕੇ ਦੇਖੋ ਕਿ ਉਹੀ ਬੰਦੇ ਮਾਫ਼ੀ ਮੰਗਦੇ ਵੀ ਮੇਰੇ ਕੋਲ ਗਲਤੀ ਹੋ ਗਈ ਬਾਈ, ਅਤੇ ਅਸੀਂ ਹੈ ਨਾ, ਕਈ ਬੰਦੇ ਕਹਿੰਦੇ ਇੱਕ ਦਿਲ ਵਾ ਕਿੰਨੀ ਵਾਰੀ ਜਿੱਤੇਗਾ, ਹੈ ਨਾ, ਸਿੱਧੂ ਜਿੰਦਾ ਸੀਗਾ ਮੂਸੇ ਵਾਲਾ, ਉਹਨੂੰ ਬਿੰਗੇ ਮੂੰਹ ਵਾਲਾ ਪਤਾ ਨਹੀਂ ਕੀ ਕੀ ਕਿਹਾ, ਅਸੀਂ ਤਾਂ ਕੁਛ ਵੀ ਨਹੀਂ, ਮੈਨੂੰ ਤਾਂ ਕਾਰਟੂਨ ਨੇ ਕਿਹਾ ਹੋਊਗਾ, ਉਹ ਦੇਖ ਲਾ ਜਿਹੜਾ ਇਸ ਵੇਲੇ ਲੈਜੈਂਡ ਦੁਨੀਆਂ 'ਤੇ ਉਹਦਾ ਬਿੰਗੇ ਮੂੰਹ ਵਾਲਾ, ਆਹ ਵਰਡਿੰਗ ਉਹਦੀ ਯੂਜ਼ ਕਰਦੇ ਆ, ਹੈ ਨਾ, ਬਥੇਰਾ ਕੁਛ ਉਹਦੇ ਲਈ ਲੋਕਾਂ ਨੇ ਵਰਤੇ ਆ, ਇਸ ਵੇਲੇ ਅੱਖਾਂ 'ਚੋਂ ਹੰਝੂ ਕੱਢਦੇ ਜਦੋਂ ਨਾਮ ਆਉਂਦਾ ਸਿੱਧੂ ਦਾ, ਕਿ ਅਸੀਂ ਯਾਰ ਉਹ ਜਿੰਦਾ ਹੁੰਦਾ ਤਾਂ ਇੱਦਾਂ ਹੁੰਦਾ ਜਾਂ ਕੁਛ, ਮਰਨ ਤੋਂ ਬਾਅਦ ਕਦਰ ਪੈਂਦੀ, ਇੱਥੇ ਜਿਉਂਦੇ ਨਹੀਂ, ਬਹੁਤ ਕਿਸੇ ਨੂੰ ਕਿਸੇ ਦਾ ਹੱਕ ਨਹੀਂ ਮਿਲਦੇ ਆ, ਇੱਥੇ ਸ਼ਿਵ ਕੁਮਾਰ ਹੀ ਆ ਜਿਹੜਾ ਜਿੰਦਾ ਆਪਣਾ ਹੱਕ ਲੈ ਗਿਆ, ਗੋਪੀ ਦੀ ਵੀ ਨਹੀਂ ਕਦਰ ਪੈਂਦੀ, ਨਹੀਂ ਮੈਨੂੰ ਲੱਗਦਾ ਸ਼ਾਇਦ ਠੀਕ ਹੈ ਪੈਂਦੀ ਜਾਂ ਨਹੀਂ ਪੈਂਦੀ, ਮੈਂ ਕਿਸੇ ਦੀ ਪਰਸਨਲ ਦਿਲ ਤੇ ਝਾਤ ਨਹੀਂ ਸਕਦਾ, ਮੈਨੂੰ ਤਾਂ ਗੋਪੀ ਨੂੰ ਫੀਲ ਤਾਂ ਹੁੰਦਾ ਹੋਊਗਾ ਯਾਰ, ਲੋਕ ਮੈਨੂੰ, ਹਾਂ ਅੱਜ ਵੀ ਉਸ ਤਰੀਕੇ ਨਾਲ, ਮੈਨੂੰ ਫੀਲ ਹੈ ਇਸ ਟਾਈਮ ਨਹੀਂ, ਆਡੀਅੰਸ ਮੇਰੀ ਬਹੁਤ ਕਦਰ ਕਰਦੀ ਆ, ਫੀਲ ਮੈਨੂੰ ਕਿੱਥੇ ਹੁੰਦਾ ਜਦੋਂ ਮੇਰਾ ਸ਼ਹਿਰ ਹੁੰਦਾ, ਮੇਰਾ ਸ਼ੋਅ ਨਹੀਂ ਬੁੱਕ ਹੋਇਆ ਹੁੰਦਾ, ਮੈਨੂੰ ਇਹ ਸਿੱਖੀ ਧਰਮ 'ਤੇ ਗਾਉਣ 'ਤੇ ਪੰਜਾਬ 'ਤੇ ਗਾਉਣ ਕਰਕੇ, ਮੈਂ ਪੰਜਾਬ ਦੇ ਜਿੰਨੇ ਵੀ ਸ਼ੋਆਂ ਵਾਲੇ ਔਰਗਨਾਈਜ਼ ਤੋਂ ਮੈਂ ਗੈਪ ਹੋ ਗਿਆ, ਮੈਂ ਬਹੁਤ ਘੱਟ ਸ਼ੋਆਂ 'ਤੇ ਜਾਂਦਾ, ਪੰਜਾਬ 'ਚ ਮੇਰੀ ਬਹੁਤ ਘੱਟ ਬੁਕਿੰਗ ਹੁੰਦੀ ਪੰਜਾਬ ਦੇ ਵਿੱਚ, ਜਦੋਂ ਮੈਂ ਕਮੇਡੀ ਕਰਦਾ ਜਿੱਦਾਂ ਉਦੋਂ ਮੈਂ ਫੰਕਸ਼ਨ ਕਰਦਾ ਸੀ, ਉਹ ਜਿਹੜੀਆਂ ਪੁੱਠੀਆਂ ਚੀਜ਼ਾਂ ਜਿਹੜੇ ਕਹਿੰਦੇ ਸੀ ਮਜ਼ਾਕ ਉਡਾਉਂਦੇ ਆ, ਜਦੋਂ ਮੈਂ ਉਹ ਚੀਜ਼ਾਂ ਕਰਦਾ ਸੀ, ਮੈਂ ਮਹੀਨੇ ਦੇ ਵਿੱਚ 15-15 ਵੀ ਪ੍ਰੋਗਰਾਮ ਕਰਦਾ ਸੀ, ਠੀਕ ਆ ਜੀ, ਮੈਂ ਜੇ ਸਿੱਧਾ ਹੋ ਕੇ ਸੋਹਣਾ ਹੋ ਕੇ ਤੁਰਿਆ ਅਤੇ ਮੈਨੂੰ ਪੰਜਾਬ ਦੇ ਸਟੇਜ 'ਤੇ ਨਹੀਂ ਚੜ੍ਹਨ ਦਿੱਤਾ ਗਿਆ, ਮਤਲਬ ਕਿ ਮੇਰੇ ਬਹੁਤ ਸ਼ੋਅ ਘੱਟ ਹੁੰਦੇ, ਜੇ ਮੇਰੇ ਹੁਣ ਗਾਣੇ ਨਾ ਵਿਕਦੇ ਹੁੰਦੇ ਤਾਂ ਮੇਰੀਆਂ ਚੀਕਾਂ ਉਹ ਰੈਡੀ ਨਿਕਲੀਆਂ ਸੀ, ਠੀਕ ਆ, ਮੈਨੂੰ ਆਪਣੀ ਲਿਖਤ ਨੇ ਬਚਾ ਲਿਆ, ਮੈਨੂੰ ਕੁਛ ਜਿਹੜੇ ਪੰਜਾਬੀ ਮੇਰੇ ਨਾਲ ਜੁੜੇ ਹੋ ਆ ਉਹਨਾਂ ਨੇ ਮੈਨੂੰ ਬਚਾ ਲਿਆ, ਇਹ ਵੀ ਸੁਣਨ ਨੂੰ ਮਿਲਦਾ ਵੀ ਤੁਸੀਂ ਕਿਤੇ ਗਾਉਂਦਾ, ਇਹਨੂੰ ਖਾਲਿਸਤਾਨ ਦਾ ਫੰਡ ਆਉਂਦਾ ਆ, ਇਹ ਤਾਂ ਗਾਉਂਦਾ ਆ ਕਿਉਂਕਿ ਇਹਦੇ ਸ਼ੋਅ ਤਾਂ ਲੱਗਦੇ ਨਹੀਂ, ਇਹ ਤੋਂ ਪੈਸਾ ਕਿੱਥੋਂ ਆਉਂਦਾ ਆ, ਸ਼ੋਅ ਭਰਾਵਾ ਪੈਸਾ ਮੇਰੇ ਤੋਂ ਆਉਂਦਾ, ਮੇਰੇ ਗਾਣੇ ਵਿਕਦੇ ਆ, ਮੈਂ ਕੋਲੈਬੋਰੇਸ਼ਨ ਦੇ ਪੈਸੇ ਲੈਂਦਾ, ਇੱਕ ਗਾਣੇ ਚੋਂ ਮੈਨੂੰ ਬਾਜੀ ਹੋਈ ਜਾਂਦੀ ਹੈ 2-2.5 ਲੱਖ ਹੋ ਜਾਂਦੀ ਹੈ, ਹਾਂਜੀ ਇੰਨੀ ਹੈ ਨਾ, ਲੱਗਾ ਵੀ ਚਲੋ ਉਹ ਹਨਾ ਹੌਲੀ ਹੌਲੀ ਜਿਵੇਂ ਆ, ਬਾਕੀ ਨੀਤ ਤਾਂ ਜਦੋਂ ਅਸੀਂ ਜਹਾਜ਼ 'ਚ ਬਹਿ ਗਏ ਨਾ ਆਪਣੇ, ਸੋਰੀ ਜਦੋਂ ਆਪਾਂ ਮਰਸੜੀ 'ਚ ਬਹਿ ਗਏ, ਨੀਤ ਸਾਡੀ ਜਹਾਜ਼ ਹੈਲੀਕਾਪਟਰ 'ਤੇ ਚੱਲ ਜਾਣੀ, ਜੇ ਅਸੀਂ ਹੈਲੀਕਾਪਟਰ 'ਤੇ ਬਹਿ ਗਏ ਨਾ
ਸੌਂ ਲੱਗੇ ਨੀਤ ਸਾਡੀ ਪ੍ਰਾਈਵੇਟ ਜੈਟ ਤੇ ਚਲ ਜਾਣੀ ਆ ਤੇ ਯਾਰ ਇਹ ਚ ਦੋ ਬੰਦੇ ਬਹਿੰਦੇ ਆ, ਕਿਉਂ ਨਾ ਉਹ ਟੱਬਰ ਨਾ ਘੁੰਮਾ ਮੈਂ, ਠੀਕ ਆ। ਤੇ ਨੀਤ ਜਿਹੜੀ ਬੰਦੇ ਦੀ ਉਹ ਕਦੀ ਨੀ ਰੱਜਦੀ, ਤੁਸੀਂ ਵਧੀਆ ਪਾਉਣ ਲੱਗ ਪਏ, ਵਧੀਆ ਖਾਣ ਲੱਗ ਪਏ, ਉਹ ਬੰਦੇ ਦਾ ਸਟੇਟਸ ਬਹੁਤ ਵਧੀਆ ਜਿਹੜਾ ਹੁਣੇ ਜੁੜਤ ਰੱਖਦਾ ਕਿ ਮੈਂ KFC ਜਾ ਕੇ ਰੋਟੀ ਖਾਇਆ ਵਾ, ਖਾਣਾ ਖਾਇਆ ਵਾ ਆਪਣਾ, ਆਈ ਮੀਨ ਚਿਕਨ ਖਾਇਆ ਵਾ ਜਾਂ ਕੁਛ ਵੀ ਆਪਣਾ KFC, ਜਿਹੜਾ ਬੰਦਾ ਇਸ ਵੇਲੇ ਜੁੜਤ ਰੱਖਦਾ ਮੈਂ ਹੁਣੇ KFC ਜਾ ਸਕਦਾ, ਉਹ ਠੀਕ ਹੈ, ਉਹ ਖੁਸ਼ ਹੈ, ਉਹਨੂੰ ਉਹਨੂੰ ਜ਼ਿਆਦਾ ਨਹੀਂ ਵਧਣਾ ਚਾਹੀਦਾ ਮੇਰੇ ਹਿਸਾਬ ਨਾਲ। ਨੀਤ ਨਾਲ ਜਿਹੜੀ ਆ, ਨੀਤ ਨੂੰ ਨਹੀਂ ਵਧਾਉਣਾ ਚਾਹੀਦਾ। ਚਲੋ ਤੁਹਾਡੇ ਕੰਮ ਕਰਕੇ ਤੁਹਾਡੀ ਅਗਰ ਗਰੋਅ ਹੁੰਦੀ ਆ ਉਹ ਬਹੁਤ ਵਧੀਆ ਗੱਲ ਵਾ। ਮਤਲਬ ਕਿ ਜਿਹੜਾ ਬੰਦਾ ਅੱਜ ਕੱਲ੍ਹ ਦੇ KFC ਦੀ ਪਹੁੰਚਣ ਦੀ ਹਿੰਮਤ ਰੱਖਦਾ ਸਮਝ ਲਓ ਗੋਡੀ ਆ, ਠੀਕ ਹੀ ਹੋਊਗਾ, ਹਨਾ, ਉਹਨੂੰ ਉਹ 'ਚ ਖੁਸ਼ ਰਹਿਣਾ ਚਾਹੀਦਾ। ਕਦੀ ਏਦਾਂ ਵੀ ਹੋਏ ਗੋਪੀ, ਜਦੋਂ ਵੀ ਕਿਤੇ ਸ਼ੋਅ ਲਾਉਣ ਗਏ ਜਾਂ ਕਿਤੇ ਲੋਕ ਕਿਤੇ ਕਿਤੇ ਗਏ ਹੋ ਪਬਲਿਕ ਪਲੇਸ 'ਤੇ, ਤਾਂ ਲੋਕਾਂ ਵੱਲੋਂ ਝਿੜਕਿਆ ਗਿਆ, ਲੋਕਾਂ ਵੱਲੋਂ ਗਾਲਾਂ ਗੂਲਾਂ ਕੱਢੀਆਂ ਗਈਆਂ? ਨਹੀਂ, ਮੇਰੇ ਦੇਖੋ ਬਾਈ ਇੱਦਾਂ ਆ, ਮੇਰੇ ਕੋਈ ਸਾਹਮਣੇ ਤਾਂ ਬੋਲਦਾ ਨਹੀਂ ਕਦੀ, ਹਨਾ, ਸਾਹਮਣੇ ਸਾਡਾ ਕਰਦਾਰ ਉੱਦਾਂ ਦਾ, ਮੈਂ ਅਸੀਂ ਵੀ ਜੇਲ੍ਹਾਂ ਕੱਟੀਆਂ, ਅਸੀਂ ਵੀ ਟਾਈਮ ਕੱਟਿਆ, ਅਸੀਂ ਪਰ ਸਾਰੇ ਕੋਈ ਛੱਡ ਕੇ ਗਾਇਕੀ ਵੱਲ ਨੂੰ ਹੋਏ। ਮੈਂ ਲਿਖਣਾ ਸਭ ਤੋਂ ਪਹਿਲਾਂ ਜੇਲ੍ਹ 'ਚ ਸ਼ੁਰੂ ਕੀਤਾ। ਜੇਲ੍ਹ 'ਚ ਕਿਹੜੀ ਉਮਰ 'ਚ? ਮੈਂ ਅੱਜ ਤੋਂ 10 ਸਾਲ ਪਹਿਲਾਂ। ਕਿਹੜੇ ਕੇਸ 'ਚ? ਮੈਂ ਸਾਡੇ 'ਤੇ ਬਥੇਰਾ ਮੇਰੇ 'ਤੇ ਡਕੈਤੀ ਦਾ ਵੀ ਸੀਗਾ, ਠੀਕ ਆ, ਚੋਰੀ ਦਾ, ਨਹੀਂ ਚੋਰੀ ਵੀਰੇ ਹੋਰ ਹੁੰਦੀ, ਡਕੈਤੀ ਡਕੈਤੀ ਸਾਹਮਣੇ ਤੋਂ ਲੁੱਟਣਾ ਹੁੰਦਾ, ਚੋਰੀ ਕਿਸੇ ਦੀ ਜੇਬ 'ਚੋਂ ਕਰ ਲਈਏ ਉਹ ਹੁੰਦਾ। ਅਤੇ ਇੱਦਾਂ ਦੇ ਮੈਂ ਬਥੇਰੇ ਆਪਣੇ ਟਾਈਮ 'ਤੇ, ਮੈਂ ਵੀ ਇੱਦਾਂ ਦੇ ਚੱਕਰਾਂ 'ਚ ਰਿਹਾ ਆ, ਹੈ ਨਾ, ਅਤੇ ਕੁਛ ਝੂਠੇ, ਕੁਛ ਇੱਦਾਂ, ਕੁਛ ਲੜਾਈ ਝਗੜੀ ਦੇ ਇੱਦਾਂ ਦੇ, ਆਪਾਂ ਇਹ ਟਾਈਮ ਲੰਘ ਗਏ ਹੁਣ ਜਿਹੜੇ ਮੁੰਡੇ, ਤਾਂ ਹੀ ਤਾਂ ਮੈਂ ਮੁੰਡਿਆਂ ਨੂੰ ਇਹ ਚੀਜ਼ ਰੋਕਦਾ ਗਾਣਿਆਂ 'ਚ ਵੀ ਕਿ ਗੈਂਗਸਟਰ ਗੀਤ ਨਾ ਲਿਖਿਆ ਕਰੋ, ਮੇਰੇ ਗੀਤ ਆਉਂਦੇ ਕੁਛ ਆਉਂਦੇ ਆ, ਕੁਛ ਮਤਲਬ ਕਿ ਮੈਂ ਇੱਕ ਉਹਨੂੰ ਇੰਟਰਟੇਨ ਤੱਕ ਰੱਖਦਾ, ਇਹ ਨਹੀਂ ਵੀ ਮੈਂ ਜੇ ਮੇਰੇ 10 ਗਾਣੇ ਆਏ, 10 'ਚੋਂ 1 ਗੈਂਗਸਟਰ ਲੱਭੂਗਾ, ਉਹ ਵੀ ਵਿੱਚ ਯਾਰੀਆਂ ਦੀ ਗੱਲ ਆ ਤਾਂ ਵਿੱਚ ਕਰਨਾ ਹੀ ਪੈਣਾ, ਹੈ ਨਾ। ਅਤੇ ਕੁਛ ਮੇਰੇ ਗੀਤ ਆਉਂਦੇ ਆ, ਹੁਣ ਕਈ ਇੱਦਾਂ ਦੇ ਆ ਬੰਦੇ, ਬੰਦਿਆਂ ਦੇ 10 ਗਾਣੇ ਗੈਂਗਸਟਰ 'ਤੇ ਆਉਂਦੇ ਆ, 1 ਅੱਧਾ ਗਾਣਾ ਕੋਈ ਕਮਰਸ਼ੀਅਲ ਆਉਂਦਾ, ਮਤਲਬ ਕਿ ਗਾਉਂਦਾ ਮੈਂ ਵੀ ਆ, ਮੇਰਾ ਇਹ ਫਰਕ ਆ ਵੀ 10 ਮੇਰੇ ਗਾਣੇ ਮਤਲਬ ਵਾਲੇ, ਹਰੇਕ ਗੱਲ ਦਾ ਮਤਲਬ ਹੋਊਗਾ, ਹਰੇਕ ਗੱਲ ਦਾ ਕੋਈ ਮੀਨ ਹੋਊਗਾ, ਬਿਨਾਂ ਤੱਥ ਦੇ ਆਧਾਰ 'ਤੇ ਕੋਈ ਵੀ, ਨਾ ਮੈਂ ਗੀਤ ਬਣਾਇਆ ਨਾ ਮੈਂ ਗਾਂਹ ਬਣਾਉਂਦਾ। ਇਹਦਾ ਕਾਰਨ ਕੀ ਹੈ ਗੋਪੀ ਬਾਈ? ਸ਼ਰਟਾਂ ਦੇ ਬਟਨ ਖੁੱਲ੍ਹੇ ਆ, ਬਨੈਣਾ ਦਿਖ ਰਹੀਆਂ ਆ, ਨਿੱਕਰਾਂ ਪਾਈਆਂ ਹੋਈਆਂ, ਹੱਥਾਂ 'ਤੇ ਟੈਟੂ ਆ, ਕੰਨਾਂ 'ਚ ਵਾਲੀਆਂ ਆ, ਹਾਂਜੀ ਹਾਂਜੀ, ਜਿਹੜੀ ਲੁੱਕ ਆ ਗਾਣਿਆਂ ਤੋਂ ਬਿਲਕੁਲ ਅਲੱਗ ਆ ਜਿੱਦਾਂ ਦੇ ਗਾਣੇ ਤੁਸੀਂ ਕਰ ਰਹੇ ਹੋ। ਹਾਂਜੀ ਹਾਂਜੀ, ਵੀ ਤੁਸੀਂ ਗਾਣੇ ਕਰ ਰਹੇ ਹੋ ਕਿ ਸਮਾਜ ਨੂੰ ਦੱਸਣ ਲਈ, ਹੈ ਨਾ, ਵੀ ਇੱਦਾਂ ਦੇ ਗਾਣੇ। ਮੈਂ ਲੌਂਚ 'ਚ, ਮੈਂ ਹਾਂ ਸਮਝ ਗਿਆ, ਮੈਂ ਲੌਂਚ 'ਚ ਇਹਨਾਂ ਡਰੈਸਾਂ 'ਚ ਹੋਇਆ ਸੀ ਜਦੋਂ ਮੈਂ ਆਇਆ ਸੀ, ਇਹਨਾਂ 'ਚ ਮੈਂ ਆਪਣੀ ਸੋਚਣੀ ਅਤੇ ਲਿਖਤ ਬਦਲੀ ਆ, ਪਹਿਰਾਵਾ ਨਹੀਂ। ਮੈਂ ਚਾਹੁੰਦਾ ਜੇ ਮੇਰੇ ਹੱਥ ਸਿਗਰਟ ਆ ਨਾ, ਤਾਂ ਮੈਨੂੰ ਇੱਦਾਂ ਐਕਸੈਪਟ ਕਰੋ, ਜੋ ਮੈਂ ਆ ਮੈਂ ਆ, ਜੋ ਮੇਰੇ 'ਚ ਉਹ ਹੈਗਾ ਉਹ ਹੈਗਾ ਆ, ਮੈਂ ਤੁਹਾਨੂੰ ਜੇ ਮੈਂ ਵਧੀਆ ਲੱਗਦਾ ਮੈਨੂੰ ਐਕਸੈਪਟ ਕਰੋ, ਨਹੀਂ ਤਾਂ ਨਹੀਂ, ਕੋਈ ਗੱਲ ਨਹੀਂ। ਮੈਂ ਲੁਕੋ ਕੇ ਚੀਜ਼ਾਂ ਕਰਾਂ ਬਾਈ, ਮੈਨੂੰ ਐਕਸੈਪਟ ਕਰੋ, ਐਕਸੈਪਟ ਕਰੋ, ਕੱਲ੍ਹ ਨੂੰ ਇਹ ਚੀਜ਼ ਦਾ ਭੇਤ ਖੁੱਲ੍ਹਦਾ ਮੇਰੇ ਤੋਂ ਗਿਰਿਆ, ਮੈਂ ਨਿਗਾਹ ਮਿਲਾ ਸਕਦਾ ਉਸ ਬੰਦੇ ਨੂੰ? ਨਹੀਂ ਮਿਲਾ ਸਕਦਾ। ਮੈਂ ਉਹ ਚੀਜ਼ ਜੇ ਮੈਂ ਕੋਈ ਪਰਸਨਲੀ ਛੁਪ ਕੇ ਵੀ ਕਰਦਾ, ਮੈਂ ਉਹ ਚਾਹੁੰਦਾ ਵੀ ਸਾਹਮਣੇ ਵੀ ਦੱਸ ਦਿਓ, ਕੋਈ ਗੱਲ ਨਹੀਂ, ਕੱਲ੍ਹ ਨੂੰ ਕਿਤੇ ਆਡੀਅੰਸ ਦੇਖਦੀ ਆ, ਯਾਰ ਤੂੰ ਤਾਂ ਝੂਠਾ, ਤੇਰੀ ਬੋਡੀ, ਸਭ ਤੋਂ ਗੰਦਾ ਬੰਦਾ ਉਹ ਹੁੰਦਾ ਜਿਹਦੀ ਬੋਡੀ ਲੈਂਗੁਏਜ ਹੈ ਮਾਊਥ ਲੈਂਗੁਏਜ ਨਾ ਮੈਚ ਨਹੀਂ ਕਰਦੀ, ਹੈ ਨਾ, ਬੋਡੀ ਤੁਹਾਡੀ, ਤੁਹਾਡੀ ਬੋਡੀ ਲੈਂਗੁਏਜ ਨਾ ਮੈਚ ਕਰਨੀ ਚਾਹੀਦੀ ਆ, ਮਾਊਥ ਲੈਂਗੁਏਜ ਜ਼ੁਬਾਨ ਨਾਲ ਮੈਚ ਕਰਨੀ ਚਾਹੀਦੀ ਆ। ਅਤੇ ਇਹ ਨਹੀਂ ਵੀ ਤੁਹਾਡਾ ਸਰੀਰ ਹੋਰ ਕੁਛ ਦਿਖਾ ਰਿਹਾ ਆ ਅਤੇ ਜ਼ੁਬਾਨ ਤੋਂ ਤੁਸੀਂ ਹੋਰ ਕੁਛ ਬੋਲ ਰਹੇ ਹੋ, ਇਹ ਮੇਰਾ ਮੰਨਣਾ। ਅਤੇ ਗੋਪੀ, ਕਲਾਕਾਰਾਂ ਵੱਲੋਂ ਕਦੀ ਕੁਛ ਆਇਆ ਇੱਧਰ ਵੀ ਗੋਪੀ ਤੋਂ ਵਧੀਆ ਕੰਮ ਕਰ ਰਹੇ ਹਾਂ,
ਤੈਨੂੰ ਟੈਨਸ਼ਨ ਨਹੀਂ ਲੈਣੀ, ਕਿਉਂਕਿ ਇੱਕ ਸਾਥ ਇੱਕ ਥਾਪੀ ਬਹੁਤ ਵੱਡੀ ਹੁੰਦੀ ਆ, ਤਾਂ ਕਦੀ ਇੰਡਸਟਰੀ ਦੇ ਕਲਾਕਾਰਾਂ ਨੇ ਕੋਈ ਸ਼ਾਬਾਸ਼ੀ ਦਿੱਤੀ ਕਦੇ? ਸ਼ਾਬਾਸ਼ੀ ਨਹੀਂ ਬਈ, ਮੈਨੂੰ ਤਾਂ ਬਹੁਤ ਘੱਟ ਵਾ ਇੱਦਾਂ ਨਹੀਂ। ਹੁਣ ਉਹ ਡਰ ਵੀ ਪਿਆ, ਕਈਆਂ ਨੂੰ ਡਰ ਪਿਆ ਆ ਨਾ, ਕਹਿੰਦਾ ਮੇਰਾ ਜਦੋਂ ਦਾ ਰੈਪ 'ਚ ਪੈਰ ਪਿਆ, ਅੱਧੇ ਸ਼ਹਿਰ ਦਾ ਪੈਰ ਪਿਆ, ਹੈ ਨਾ, ਇੱਦਾਂ ਮਤਲਬ ਕੁਛ ਮਤਲਬ ਕਿ ਨਹੀਂ ਕਿਸੇ ਨੂੰ ਕੁਛ ਨਹੀਂ। ਜੇ ਮਾੜਾ ਤੁਸੀਂ ਕਰਦੇ ਆ ਨਾ, ਤੁਹਾਨੂੰ ਮਾੜੇ ਕਹਿਣ ਵਾਲੇ ਬਹੁਤ ਹੋ ਜਾਣੇ ਆ, ਜੇ ਤੁਸੀਂ ਕੋਈ ਚੰਗਾ ਕਰ ਰਹੇ ਆ ਤੁਹਾਨੂੰ ਚੰਗਾ ਕਰਨ ਲਈ ਕਿਸੇ ਨੇ ਨਹੀਂ। ਆਪਣੀ ਜੇ ਆਪਾਂ ਸਪੋਰਟ ਦੀ ਗੱਲ ਹੈ, ਇਸ ਵੇਲੇ ਸਾਨੂੰ ਮਾੜੀ ਮੋਟੀ ਰਾਕਾ ਕਹਿ ਦਿੰਦਾ, ਬਹੁਤ ਸੋਹਣਾ ਕਹਾਉਂਦਾ ਉਹਨੂੰ, ਹੈ ਨਾ, ਬਾਗੀ ਵੀ ਚਲੋ ਕਿਤੇ ਕਿਤੇ ਕਹਿ ਦਿੰਦਾ ਜਾਂ ਕੁਛ ਵੀ, ਹੈ ਨਾ, ਅਤੇ ਚਲੋ ਦੂਰੋਂ ਕਹਿ ਦੇਣਾ ਜਾਂ ਸਪੋਰਟ ਕਰਨੀ ਉਹ ਅਲੱਗ ਗੱਲ ਆ। ਚਲੋ ਇੰਨਾ ਆ ਕਿ ਕੋਈ ਦਮ ਭਰਦਾ, ਠੀਕ ਆ ਤੂੰ ਸੋਹਣਾ। ਕਰਨ ਔਜਲੇ ਨਾਲ ਉਹ ਆਪਾਂ ਨੂੰ ਮੈਸੇਜ ਕਰਦਾ ਰਹਿੰਦਾ, ਰਿਪਲਾਈ ਦੇ ਦਿੰਦਾ ਆਪਾਂ, ਜਿੱਦਾਂ ਗੱਲਬਾਤ ਹੋ ਜਾਂਦੀ ਆਪਣੀ ਵਧੀਆ। ਲਿਖਣ ਦੇ ਧਿਆਨ ਦੇ ਹੋਰ ਬਈ, ਆਹ ਕਰਨ ਔਜਲੇ ਨੇ ਆਹ ਗੋਪੀ ਲੂੰਗੀ ਬਾਈ ਨੂੰ ਇੱਕ ਬਾਈ ਬੜੀ ਸ਼ਾਬਾਸ਼ੀ ਹੁੰਦੀ ਆ ਇਹ, ਜਦੋਂ ਤੁਹਾਨੂੰ ਬਿਲਕੁਲ ਤੇ ਸ਼ਾਬਾਸ਼ੀ ਦੇਵੇ ਤਾਂ ਕਰਨ ਔਜਲੇ ਨੇ ਦੇਖੋ ਗੋਪੀ ਲੂੰਗੀ ਨੂੰ ਮੈਸੇਜ ਕੀਤਾ ਹੈ ਕਿ ਖਿੱਚ ਕੇ ਰੱਖ ਕੰਮ, ਦੁਨੀਆ ਦੀ ਪਰਵਾਹ ਘੱਟ ਕਰ, ਵਧੀਆ ਲਿਖਦਾ ਤੂੰ, ਲਿਖਣ ਤੇ ਧਿਆਨ ਦੇ ਹੋਰ। ਠੀਕ ਆ ਸਰ, ਜ਼ਰੂਰ ਸੁਣਾਂਗੇ ਤੇ ਪਾਵਾਂਗੇ। ਹਾਂਜੀ ਹਾਂਜੀ, ਠੀਕ ਹੈ, ਘੱਟ ਵੱਧ ਹੈ ਨਾ ਆਪਣਾ ਕੋਸ਼ਿਸ਼ ਕਰਦੇ ਹੁੰਦੇ, ਜਿੱਦਾਂ ਅਗਲਾ ਵੀ ਆਪਣਾ ਹੈ ਨਾ, ਤੇ ਜਦੋਂ ਆਪਾਂ ਕਿਸੇ ਨੂੰ ਜ਼ਿਆਦਾ ਬਾਹਲਾ ਮੈਂ ਕਰਦਾ ਨਹੀਂ, ਜਿੱਦਾਂ ਜੇ ਅਗਲਾ ਵੀ ਜੇ ਕੋਈ 2% 1% ਕਰਦਾ, ਅਗਲੇ ਨਾਲ 2% ਕਰੋ, ਕੋਈ ਹਰਜ ਨਹੀਂ ਹੋ ਜੇ ਅਗਲੇ ਨੇ ਪਹਿਲ ਕੀਤੀ ਆ, ਤੇ ਜਦੋਂ ਬਾਹਲਾ ਕਿਸੇ ਨੂੰ ਬਾਈ ਬਾਈ ਆਪਾਂ ਉਹ ਫਿਰ ਨੁਕਸਾਨ ਕਰਦੀ ਹੈ ਚੀਜ਼, ਅਗਲਾ ਗਲਤ ਸੋਚ ਸਕਦਾ ਵੀ ਇਹ ਕਿਉਂ ਕਰ ਰਿਹਾ ਇੰਨਾ ਜਾਂ ਕੀ ਆ। ਗੋਪੀ ਲੂੰਗੀ ਤੇ ਸੋਨੀ ਕਰਿਊ ਇਕੱਠੇ ਸ਼ੁਰੂ ਹੋਏ ਸੀਗੇ, ਹਾਂਜੀ ਹਾਂਜੀ, ਹੈ ਨਾ। ਹੁਣ ਬਈ ਸੋਨੀ ਦੇ ਜਿਹੜਾ ਛੋਟੇ ਹੈਗਾ ਆ, ਉਹਦੀ ਵਿਚਾਰੀ ਦੀ ਡੈਥ ਹੋ ਗਈ, ਉਹ ਬਈ ਇਹ ਗੋਪੀ ਬਾਈ ਨੂੰ ਫੀਲ ਹੋਇਆ ਵੀ ਯਾਰ ਸ਼ੁਰੂਆਤੀ ਦੌਰ 'ਚ ਸਫ਼ਰ ਸ਼ੁਰੂਆਤ ਇਕੱਠੇ ਹੋਈ, ਉਸ ਹੁਣ ਕਿਤੇ ਨਾ ਕਿਤੇ ਉਹ ਸਾਂਝ ਉਹ ਪਿਆਰ ਉਹ ਟੁੱਟ ਗਿਆ, ਉਹ ਮਤਲਬ ਕਾਫੀ ਟਾਈਮ ਤੋਂ ਦਿਖੇ ਵੀ ਨਹੀਂ ਆਪਸ 'ਚ। ਹਾਂ ਵੀਰੇ, ਉਹ ਮੈਨੂੰ ਨਾ ਦੁੱਖ ਹੁੰਦਾ, ਜੇ ਮੈਨੂੰ ਨਹੀਂ ਸੀ ਪਤਾ ਵੀ ਉਹਦੀ ਇੰਨੀ ਘੱਟ ਉਮਰ ਸੀਗੀ, ਮੈਨੂੰ ਇੰਨਾ ਥੋੜ੍ਹੀ ਖੁਸ਼ੀ ਆ ਕਿ ਜਿੱਦਣ ਉਹਦੀ ਡੈਥ ਹੋਈ ਆ, ਉਹ ਤੋਂ 5 ਦਿਨ ਪਹਿਲਾਂ ਮੈਨੂੰ ਫੋਨ ਹੋਇਆ, ਅੱਛਾ ਬਾਈ ਮੈਂ ਵਾਪਸ ਆਉਣਾ ਚਾਹੁੰਦਾ। ਅੱਛਾ, ਦੂਜੀ ਗੱਲ ਹੋਰ ਹੈ ਵੀ ਮੈਂ ਇੱਕ ਗਾਣਾ ਬਣਾ ਰਿਹਾ, ਤੁਸੀਂ ਵਿੱਚ ਰੈਪ ਕਰ ਦੋਗੇ, ਅੱਛਾ, ਵੀ ਤੁਸੀਂ ਤਾਂ ਹੁਣ ਪੈਸੇ ਬਹੁਤ ਲੈਂਦੇ ਹੋਣੇ। ਮੈਂ ਉਹਨੂੰ ਇਹ ਗੱਲ ਕਹੀ, ਮੈਂ ਖੁਸ਼ ਹਾਂ ਵੀ ਮੈਂ ਉਹਨੂੰ ਇਹ ਗੁੱਡ ਜਵਾਬ ਦਿੱਤਾ, ਮੈਂ ਉਹਨੂੰ ਇਹ ਗੱਲ ਕਹੀ ਮੈਂ ਪੈਸੇ ਜਿੰਨੇ ਮਰਜ਼ੀ ਲੈਂਦਾ ਤੇਰੇ ਲਈ ਨਹੀਂ, ਮੈਂ ਤੇਰੇ ਲਈ ਮੈਂ ਲਾਉਂਗੀ ਆਈ ਹਾਂ, ਹੈ ਨਾ, ਗੋਪੀ ਹਾਂ, ਵੀ ਮੇਰਾ ਇੱਕ ਵਾਅਦਾ ਆ, ਇੱਕ ਸ਼ਰਤ ਵਾਰ ਰੈਪ ਕਰਨ ਦੀ, ਮੇਰੀ ਸ਼ਰਤ ਇਹ ਆ ਕਿ ਮੈਂ ਤੇਰੇ ਗਾਣੇ 'ਚ ਰੈਪ ਕਰ ਦੂੰਗਾ, ਬਟ ਤੂੰ ਜਿਹੜੀ ਉਹਦੀ ਵੀਡੀਓ ਆ, ਵੀਡੀਓ ਵੱਡੇ ਲੈਵਲ ਦੀ ਕਰਨੀ, ਕਿਉਂਕਿ ਮੈਂ ਹੁਣ ਵੱਡੇ ਲੈਵਲ ਦੀਆਂ ਵੀਡੀਓ ਕਰਦਾ, ਕਿ ਤੂੰ ਉਹ ਨਾ ਜਗਾੜ ਪੁਰਾਣੀ ਵਾਲਾ ਕੰਮ ਨਾ ਕਰੀ, ਤੇ ਮੇਰੀ ਇਹ ਵੋਇਸ ਲੈ ਲਾ ਉਹਨੂੰ, ਜਿੱਥੇ ਮਰਜ਼ੀ ਵੇਚ ਲਈ, ਜੋ ਮਰਜ਼ੀ ਕਰ ਲਈ, ਤੇ ਮੇਰੀ ਮੈਨੂੰ ਅੱਜ ਜੇ ਮੈਂ ਉਸ ਦਿਨ ਉਹਨੂੰ ਨਾ ਕਰਦਾ, ਤੇ ਇਸ ਵੇਲੇ ਕਹਿੰਦੇ ਇੱਥੇ ਸੋਰੀਆਂ ਗਲਤੀਆਂ ਮੰਗੀਆਂ, ਨਾ 10 ਮਿੰਟਾਂ ਜਦ ਜ਼ਿੰਦਗੀ ਬਦਲ ਜਾਂਦੀ ਬੰਦੇ ਦੀ, ਤੇ ਇੱਥੇ ਰਹਿ ਜਾਂਦੀਆਂ। ਮੈਨੂੰ ਅੱਜ ਚਲੋ ਇਹ ਖੁਸ਼ੀ ਆ ਕਿ ਉਹਦਾ ਮੈਨੂੰ ਫੋਨ ਆਇਆ ਸੀ, ਰੂਹ ਵੀ ਨਹੀਂ ਕੰਦੀ ਹੋਊਗੀ ਵੀ ਲੌਂਗੀ ਤੋਂ ਮੰਗਿਆ ਸੀ, ਲੌਂਗੀ ਨੇ ਨਾ ਕਰਤਾ, ਤੇ ਮੈਂ ਉਹਨੂੰ ਇਹ ਕਹਿ ਦਿੱਤਾ ਸੀ। ਤੇ ਹੁਣ ਪੋਲੀਵੁੱਡ ਵਾਲੇ ਕਈ ਆ, ਉਹ ਪੋਸਟਾਂ ਪੁਸਟਾਂ ਪਾਈ ਜਾਂਦੇ ਆ ਨਾ ਪੋਲੀਵੁੱਡ ਵਾਲੇ, ਮੈਂ ਉਹਨਾਂ ਨੂੰ ਕਹਿੰਦਾ ਚੈਨਲਾਂ ਨੂੰ ਵੀ ਸਦਾਈਏ, ਉਹ ਜਿੰਦਾ ਤੁਹਾਡੇ ਕੋਲੋਂ ਕੰਮ ਮਰਦਾ ਮੰਗ ਗਿਆ, ਕੰਮ ਮੰਗਦਾ ਤੁਹਾਡੇ ਕੋਲੋਂ ਮਰ ਗਿਆ,
ਹੈ ਨਾ, ਤੁਸੀਂ ਉਹਨੂੰ ਵਿਚਾਰੇ ਨੂੰ ਕੰਮ ਨਹੀਂ ਦਿੱਤਾ ਹੈ ਨਾ, ਅਤੇ ਹੁਣ ਐਵੇਂ ਕਾਹਨੂੰ ਵਿਊਆਂ ਕਰਕੇ ਉਹਦੀ ਪੋਸਟ ਪਾਉਂਦੇ ਹਾਂ। ਮੈਨੂੰ ਇਹ ਬੁਰਾ ਲੱਗਦਾ, ਮੈਂ ਹਾਲੇ ਤੱਕ ਉਹਦੀ ਪੋਸਟ ਨਹੀਂ ਸ਼ੇਅਰ ਕੀਤੀ ਹੈ ਨਾ, ਹੁਣ ਵੀ ਮੇਰੇ ਇੰਸਟਾਗ੍ਰਾਮ 'ਤੇ ਸਾਰਿਆਂ ਨੂੰ ਪਤਾ ਨਹੀਂ ਮੈਂ ਸ਼ੇਅਰ ਕੀਤੀ, ਪਰ ਦਿਲ 'ਚ ਪਿਆਰ ਹੋਣਾ ਚਾਹੀਦਾ। ਕੋਈ ਦਿੱਕਤ ਸੀਗੀ ਉਹਨਾਂ ਨੂੰ ਕੁਛ, ਤੁਹਾਡੇ ਪੈਸੇ ਪੂਸੇ ਵੱਲੋਂ ਦਿੱਕਤ ਸੀਗੀ? ਨਹੀਂ, ਬਹੁਤ ਦਿੱਕਤ ਆ ਉਹ, ਮੈਂ ਹਾਲੇ ਵੀ ਤਾਂ ਕਰਨਾ ਵੀ ਜਿਹੜੇ ਇਹ ਵੀ ਭਰਾ ਦੇਖਦੇ ਆ ਉਹਦੇ ਪਰਿਵਾਰ ਦੀ ਹੈਲਪ ਕਰੋ, ਉਹ ਇਕੱਲਾ ਇਕੱਲਾ ਬੱਚਾ ਸੀ ਅਤੇ ਉਹ ਤਾਂ ਸਦਾਈ ਵਾਲਾ ਹੀ ਹਾਲ ਹੋਇਆ ਉਹਦੇ ਫਾਦਰ ਦਾ। ਠੀਕ ਆ, ਚਲੋ ਜਿੰਨਾ ਕੁ ਮੈਂ ਹੈਗਾ ਮੈਂ ਫਿਰ ਵੀ ਹੈਲਪ ਕਰੂੰਗਾ, ਜਿੰਨਾ ਵੀ ਮੇਰੀ ਜੇਬ ਆ, ਭਾਵੇਂ ਮੈਂ ਉੱਦਾਂ ਜਦੋਂ ਉਹ ਸੀਗਾ ਮੈਂ ਕਦੀ ਪੈਸੇ ਨਹੀਂ ਦੇ ਦਿੱਤੇ, ਮੈਂ ਵੀ ਉੱਦਾਂ ਹੀ ਕਹਿ ਦਾਂ ਵੀ ਨਾ ਉਹਨੇ ਮੈਨੂੰ ਉੱਦਾਂ, ਚਲੋ ਉੱਥੋਂ ਕਦੀ ਭਾਈ ਬਾਈ 2000 ਦੇ 5000 ਇੱਦਾਂ ਦਾ ਮੈਨੂੰ ਕੰਧਾ ਹੀ ਰਹਿੰਦਾ ਸੀਗਾ, ਚਲੋ ਕਰਦਾ ਹੀ ਰਹਿੰਦਾ ਸੀ, ਕਦੀ ਵੱਡੀ ਅਮਾਊਂਟ ਮੈਂ ਕਦੀ ਨਾ ਉਹਨੇ ਇੱਦਾਂ। ਹਾਂ, ਮੇਰਾ ਉਹਨਾਂ ਤਾਂ ਨਹੀਂ, ਮੇਰੀ ਨਿਭੀ ਉਹ ਉੱਠਦਾ ਸੀ 12 ਵਜੇ, ਮੈਂ ਉੱਠਦਾ ਸੀਗਾ। ਇਹ ਛੋਟੀਆਂ ਛੋਟੀਆਂ ਲੜਾਈਆਂ ਬੰਦਾ ਜੀਂਦਾ ਹੀ ਕਰਦਾ, ਬਾਅਦ 'ਚ ਯਾਦ ਆਉਂਦੀਆਂ। ਮੈਂ ਉੱਠਦਾ ਸੀਗਾ ਜਿੱਦਾਂ ਸਵੇਰੇ 6 ਵਜੇ, ਅਸੀਂ 10 ਵਜੇ ਤੱਕ ਸਟੂਡੀਓ ਚਲ ਜਾਣਾ, ਉਹਨੇ ਫਿਰ ਸਾਨੂੰ ਪਿੱਛੋਂ ਫੋਨ ਕਰਕੇ ਤੰਗ ਕਰਨਾ, ਮੈਨੂੰ ਲੈ ਕੇ ਜਾਓ ਆ ਕੇ, ਲੈ ਰੋਜ਼ ਦੀ ਰੂਟੀਨ ਜੀ ਇੱਦਾਂ ਹੋ ਗਈ। ਫਿਰ ਰਾਤ ਨੂੰ ਉਹਨੂੰ 11-11 ਵਜੇ ਮੁੰਡਿਆਂ ਨਾਲ ਫੰਕਸ਼ਨ ਕਰੀ ਜਾਣਾ, ਵੀਡੀਓ ਜੇ ਉਹ ਹੈ ਨਾ, ਅਤੇ ਉਹ ਫਿਰ ਜਿੱਦਾਂ ਮੈਂ ਖਿੱਚਦਾ ਸੀਗਾ, ਮੈਂ ਕਿਹਾ ਮੈਂ ਸੋ ਜਾਂਦਾ ਅਤੇ ਮੈਂ 10 ਵਜੇ ਸੌ ਜਾਣਾ, ਤੇਰੇ ਕਰਕੇ ਮੈਨੂੰ 12 ਵਜੇ ਫਿਰ ਉੱਠ ਕੇ ਕੁੰਡਾ ਖੋਲ੍ਹਣਾ ਪੈਂਦਾ। ਨਿੱਕੀਆਂ ਨਿੱਕੀਆਂ ਗੱਲਾਂ ਤਾਂ ਉਹਦੀ ਲੜਦੇ ਰਹਿੰਦੇ, ਦੁੱਖ ਹੁੰਦਾ, ਹੁਣ ਦੁੱਖ ਹੁੰਦਾ। ਪਰ ਮੈਂ ਇੱਕ ਗੱਲ ਕਹਿੰਦਾ, ਕਿਸੇ ਨੇ ਵੀ ਉਹਦਾ ਗਾਣਾ ਰਿਕਾਰਡ ਨਹੀਂ ਕਰਕੇ ਰੱਖਿਆ ਹੋਊਗਾ, ਮੇਰੇ ਕੋਲ ਉਹਦਾ ਗਾਣਾ ਅੱਜ ਵੀ ਰਿਕਾਰਡ ਪਿਆ, ਮੈਂ ਉਹ ਗਾਣਾ ਰਿਲੀਜ਼ ਕਰੂੰਗਾ ਸੋਨੀ ਦਾ। ਉਹਦਾ ਚਾਅ ਸੀਗਾ ਆਪਣੇ ਨਾਲ ਰੈਪ ਕਰਨ ਦਾ, ਅਤੇ ਉਹ ਗਾਣੇ 'ਚ ਮੈਂ ਰੈਪ ਪਾ ਦੂੰਗਾ ਉਹਦੇ, ਅਤੇ ਚੱਲ ਤੇਰੀ ਇਹਦੇ ਵਿੱਚ ਰੂਹ ਨੂੰ ਖੁਸ਼ੀ ਮਿਲ ਜੂ ਉਹਦੀ, ਵੀ ਮੈਂ ਲੌਂਗੀ ਕੋਲ ਗਿਆ ਸੀਗਾ। ਨਹੀਂ ਬਾਈ, ਮੈਨੂੰ ਐਂ ਲੱਗਦਾ ਕਿ ਜਿਹੜੇ ਬੰਦੇ ਨੇ ਸ਼ੁਰੂਆਤੀ ਸਫ਼ਰ ਆਪਦਾ ਇਕੱਠਾ ਦੇਖਿਆ ਹੋਵੇ ਤਾਂ ਥੋੜ੍ਹਾ ਜਿਹਾ ਫੀਲ ਤਾਂ ਹੁੰਦਾ ਹੀ। ਨਹੀਂ, ਇੱਦਾਂ ਸਾਰੇ 3 ਜਾਣੇ ਸੀਗੇ, ਸਾਰੇ ਹੀ ਫਲੋਪ ਹੋ ਗਏ ਸੀਗੇ ਹੈ ਨਾ, ਸਾਰੇ ਪ੍ਰੀਤ ਸਿਆਂ ਸੀਗਾ ਇੱਕ ਨਾਲ, ਇੱਕ ਸੋਨੀ ਸੀਗਾ, ਇਹ ਸਾਰੇ ਪਿੱਛੇ ਹਟ ਗਏ। ਜਿੱਦਾਂ ਪ੍ਰੀਤ ਦਾ ਹੋਰ ਕਾਰੋਬਾਰ ਸੀਗਾ, ਜੋ ਦਲਜੀਤ ਨਾਲ ਗਾਣਾ ਆਇਆ ਸੀ ਇਕੱਠੇ ਸੀਗੇ ਉਸ ਤੋਂ ਤੁਸੀਂ? ਇਕੱਠੇ ਸੀਗੇ, ਜਿੱਦਾਂ ਇਹਦੇ ਨਾਲ ਹੈ ਨਾ ਥੋੜ੍ਹਾ, ਜਿੱਦਾਂ 3 ਜਾਣੇ ਸੀਗੇ ਅਸੀਂ, ਟ੍ਰਿਪਲ ਜੀ ਗਰੁੱਪ ਦੇ ਨਾਂ ਤੋਂ ਅਸੀਂ ਟੀਮ ਸ਼ੁਰੂ ਕੀਤੀ ਸੀ। ਉਹ ਜਿਹੜਾ ਸੀਗਾ ਆਪਣੀ ਮਰਜ਼ੀ ਨਾਲ, ਜਿੱਦਾਂ ਸਾਰੇ ਅੱਡ ਹੋ ਗਏ, ਟੀਮ ਪਾਟ ਗਈ, ਅਤੇ ਫਿਰ ਕੀ ਹੋਇਆ, ਫਿਰ ਦੁਬਾਰਾ ਇਕੱਠੇ ਨਹੀਂ ਹੋ ਪਾਏ। ਮਤਲਬ ਕਿ ਤਿੰਨਾਂ ਦੀ ਥਿੰਕਿੰਗ ਅਲੱਗ ਅਲੱਗ ਸੀ। ਸੋਨੀ ਦੀ ਥਿੰਕਿੰਗ ਸੀਗੀ ਸੋਹਣੀ, ਮਤਲਬ ਚਲੋ ਪ੍ਰੀਤ ਦੀ ਵੀ, ਉਹ ਵੀ ਬਿਜ਼ਨਸ ਸਾਰੇ ਚਲੋ ਵਧੀਆ ਸੀ, ਆਪਣੀ ਇੱਕ ਦੂਜੇ ਨਾਲ ਥਿੰਕਿੰਗ ਮੈਚ ਨਹੀਂ ਹੋਈ। ਅਤੇ ਪਰ ਸੋਨੀ ਮੇਰੇ ਤੋਂ ਦੁਬਾਰਾ ਆਉਣ ਨੂੰ ਫਿਰ ਤਿਆਰ ਹੋ ਗਿਆ ਸੀ ਵੀ ਮੈਂ ਆਹ ਮਹੀਨੇ ਦੇ ਵਿੱਚ ਆਉਣਾ। ਮੈਂ ਹਾਂ ਕਰ ਦਿੱਤੀ ਸੀ, ਮੈਨੂੰ ਇਹ ਆ ਵੀ ਮੈਂ 4 ਦਿਨ ਪਹਿਲਾਂ ਗੱਲ ਕਰ ਲਈ ਮੇਰੇ ਨਾਲ। ਇਹ ਇਹ ਆਈਫੋਨ ਆ, ਇਹਨਾਂ ਦੀ ਸਿਕਿਉਰਿਟੀ ਬਹੁਤ ਹੁੰਦੀ ਆ, ਨਹੀਂ ਤਾਂ ਜੇ ਐਂਡਰੋਇਡ ਫੋਨ ਹੁੰਦਾ ਉਹ ਰਿਕਾਰਡਿੰਗ ਹੁਣ ਤੱਕ ਵੀ ਵਿੱਚ ਹੋਣੀ ਸੀ। ਸਿੱਧੂ ਨਾਲ ਵੀ ਕਦੀ ਜ਼ਿਕਰ ਹੋਇਆ ਮੁਲਾਕਾਤ ਦਾ? ਕੁਛ ਮੁਲਾਕਾਤ ਹੋਈ ਸਿੱਧੂ ਮੂਸੇਵਾਲੇ ਨਾਲ ਵੀ ਕਦੀ? ਹਾਂ, ਰਾਬਤਾ ਹੋਇਆ? ਹਾਂਜੀ, ਸਿੱਧੂ ਮੂਸੇਵਾਲੇ ਨਾਲ ਕਦੀ ਰਾਬਤਾ ਹੋਇਆ? ਸਿੱਧੂ ਮੂਸੇਵਾਲੇ ਨਾਲ ਆਪਣਾ ਕੁਛ ਜ਼ਿਆਦਾ ਵਧੀਆ ਤਰੀਕੇ ਨਾਲ ਤਾਂ ਕੋਈ ਇੱਦਾਂ ਰਾਬਤਾ ਨਹੀਂ ਹੋਇਆ। ਮੈਨੂੰ ਇੱਕ ਵਾਰੀ ਇੱਥੇ ਸਟੂਡੀਓ ਅੱਜ ਮੋਹਾਲੀ ਦੇ ਵਿੱਚ, ਉਹ ਸਟੂਡੀਓ ਦੇ ਵਿੱਚ ਮੈਨੂੰ ਮਿਲਿਆ, ਮੈਂ ਫੋਟੋ ਨਹੀਂ ਕਰਾਈ ਉਹਨਾਂ। ਕਿਉਂ ਨਹੀਂ ਕਰਾਈ? ਮੈਂ ਇੱਕ ਵਾਰੀ ਕਿਤੇ ਫੰਕਸ਼ਨ ਦੇ ਵਿੱਚ ਹੈ ਨਾ, ਉਹ ਮਜ਼ਾਕ ਉਡਾਤਾ ਸੀ ਉਹ ਗਾਣਾ, ਓਲਡ ਸਕੂਲ ਗਾਣਾ ਸੀ ਉਹਦਾ, ਮਜ਼ਾਕ 'ਚ ਪਰ ਬਟ ਮੈਂ ਵੀਡੀਓ ਡਿਲੀਟ ਕਰਤੀ, ਉਹ ਵੀਡੀਓ ਕਾਫੀ ਵਾਇਰਲ ਹੋ ਗਈ। ਫਿਰ ਮੈਂ ਸੋਰੀ ਫੀਲ ਕੀਤੀ, ਜਿਹੜੀ ਉਹ ਮਜ਼ਾਕ ਵਾਲੀ ਵੀਡੀਓ ਸੀ ਉਹ ਸਿੱਧੂ ਨੇ ਸ਼ੇਅਰ ਕਰ ਦਿੱਤੀ ਵੀ ਆਹ ਦੇ ਬਿੱਲੀਆਂ ਬਿੱਲੀਆਂ ਕਹਿ ਕੇ ਮੈਨੂੰ ਕੁਛ ਇੱਦਾਂ ਉਹਨੂੰ ਦਮੰਤਰਿਆ ਸੀ।
ਤੇ ਉਹ ਸ਼ੇਅਰ ਉਹਨੇ ਮੈਨੂੰ ਇੱਦਾਂ ਦੀ ਵੀਡੀਓ ਕਰਤੀ ਜਦੋਂ ਮੈਂ ਉਹ ਵਾਲੀ ਫੀਲ ਕੀਤੀ ਵੀ ਯਾਰ ਮੈਂ ਇੱਦਾਂ ਰਾਤੀ ਫੰਕਸ਼ਨ ਕਰਦੇ ਸੀ ਮੁੰਡੇ ਇਕੱਠੇ ਮੈਂ ਤਾਂ ਪਾਈ ਸੀ ਵੀ ਉਹਨੂੰ ਸੀਰੀਅਸ ਨਾ ਲਓ ਮੈਂ ਤਾਂ ਉਹਦਾ 20 ਮਿੰਟ ਬਾਅਦ ਕੱਢਤੀ ਸੀ ਕਿਉਂਕਿ 2 ਮਿਲੀਅਨ ਮੇਰੇ ਟਿਕਟੋਕ 'ਤੇ ਫੋਲੋਵਰ ਸੀਗੇ ਉਹ ਛੇਤੀ ਬਹੁਤ ਫੈਲ ਜਾਂਦੀ ਸੀ ਵੀਡੀਓ ਅਤੇ ਉਹਨੂੰ ਉਹ ਪਾਈ ਨਹੀਂ ਮੈਨੂੰ ਦਿਲ 'ਚ ਗੁੱਸਾ ਸੀਗਾ ਜਦੋਂ ਸਟੂਡੀਓ 'ਚੋਂ ਆਇਆ ਇੱਦਾਂ ਖੱਬਾ ਪਰਬਟ ਆ ਕਿਵੇਂ ਆ ਬਾਈ ਮੈਂ ਹਾਂ ਕਿਵੇਂ ਆ ਬੈਲੀ ਪਤਾ ਨਹੀਂ ਹਾਂਜੀ ਕਿਵੇਂ ਆ ਇੱਦਾਂ ਖੱਬਾ ਭਰਵੱਟਾ ਇੱਦਾਂ ਚੱਕਿਆ ਹਾਂ ਅਤੇ ਖੱਬਾ ਉਹਨੇ ਭਰਵੱਟਾ ਇੱਦਾਂ ਚੱਕ ਕੇ ਇੱਦਾਂ ਲੰਘਿਆ ਅੰਦਰ ਅਤੇ ਉਹਦੀ ਰਿਕਾਰਡਿੰਗ ਸੀਗੀ ਉਹਨੇ ਬੁੱਕਲਾਂ ਭੇਜੀਆਂ ਸੀ ਕਿਤੇ ਅਤੇ ਮੇਰਾ ਪ੍ਰੋਡਿਊਸਰ ਕਹਿੰਦਾ ਫੋਟੋ ਨਹੀਂ ਫੋਟੋ ਕਰਾ ਲਾ ਤੂੰ ਮੈਂ ਕਿਹਾ ਯਾਰ ਨਹੀਂ ਮੈਂ ਨਹੀਂ ਕਰਾਉਣੀ ਫੋਟੋ ਮੈਨੂੰ ਜਿੱਦਾਂ ਹੋਰ ਇੰਟਰਸਟ ਹੋਈ ਆ ਅੱਜ ਵੀ ਹੁਣ ਕਈ ਵਾਰੀ ਫੀਲ ਹੁੰਦਾ ਮੈਂ ਕਿਹਾ ਚਲੋ ਗਾਂ ਹੁਣ ਪੀੜ੍ਹੀ ਦਾ ਦੁਨੀਆਂ ਨੇ ਯਾਦ ਰੱਖਣਾ ਉਹਨੂੰ ਗਾਂ ਅਸੀਂ ਵੀ ਬੱਚਿਆਂ ਦੱਸਦੇ ਅਤੇ ਆਪਣੇ ਨਾਲ ਵੀ ਬੈਠਾ ਉੱਠਿਆ ਸੀ ਜੇ ਉਹ ਜਿੰਦਾ ਹੁੰਦਾ ਸਿੱਧੂ ਜੇ ਅੱਜ ਜਿੰਦਾ ਹੁੰਦਾ ਇੰਨੀ ਗੱਲ ਮੈਂ ਤੁਹਾਨੂੰ ਵਾਅਦੇ ਨਾਲ ਕਹਿੰਦਾ ਵੀ ਸਾਡੀ ਕਲੈਬੋਰੇਸ਼ਨ ਦੋਨਾਂ ਦੀ ਆਉਣੀ ਸੀ 100% ਕਿਉਂਕਿ ਉਹਨੂੰ ਆਪਣੇ ਵਰਗਾ ਲਿਖਣ ਵਰਗਾ ਬੰਦਾ ਚਾਹੀਦਾ ਸੀ ਅਤੇ ਮੇਰੇ ਵਾਂਗੂ ਲਿਖੇ ਵੀ ਨਡਰ ਹੋ ਕੇ ਕੋਈ ਅਤੇ ਸਾਡੀ ਜਿਹੜੀ ਕਲਮ ਆ ਮੇਰੇ ਹਿਸਾਬ ਦਾ ਮੇਰੀ ਇੱਕ ਕਲਮ ਨੂੰ ਤਵੱਜੋ ਦਿੰਦਾ ਅਤੇ ਨਹੀਂ ਸਹੀ ਆ ਕੁਛ ਸੁਣਾਓ ਤਾਂ ਗੋਪੀ ਬਈ ਯਾਰ ਜਿਹੜਾ ਹੈ ਪੰਜਾਬ ਦੀ ਆਵਾਜ਼ 'ਚ ਕੁਛ ਸੁਣਾਓ ਸ਼ੇਰੇ ਪੰਜਾਬ ਨਾਂ ਦਾ ਸਾਜਿਆ ਸੀ ਦੇਸ਼ ਉਹ ਮਹਾਨ ਸੀਗਾ ਰਾਜਾ ਮਹਾਨ ਉਹਦੇ ਘਰ ਇਹ ਦਿੰਦਾ ਬਦਲੇ ਚ ਤੋਹਫ਼ਾ ਜੇ ਕੋਈ ਥੀਮ ਉਹਦੇ ਮਾਰੇ ਉਸ ਰਾਜੇ ਨੂੰ ਉਡੀਕ ਰਾਇਆ ਅੱਜ ਵੀ ਪੰਜਾਬ ਜਿਨ੍ਹਾਂ ਰਲੇ ਹੁੰਦੇ ਗੋਰਿਆਂ ਨਾਲ ਗੱਦਾਰ ਸਾਹਮਣੇ ਜੋਧਾ ਸਾਹਮਣੇ ਤੋਂ ਮੋੜ ਦਿੰਦਾ ਭਾਖੜੇ ਦਾ ਪਾਣੀ ਧੋਖੇ ਨਾਲ ਮਰਵਾਇਆ ਕਬਰ ਸਿੰਘ ਨੂੰ ਨਿਹਾਲ ਉਸ ਦਿਨ ਤੋਂ ਤਬਾਹੀ ਆਉਣੀ ਹੋ ਗਈ ਸਾਡੀ ਸ਼ੁਰੂ ਫਿਰ ਸਦੀਆਂ ਦੇ ਬਾਅਦ ਬਾਜ ਖਾਲਸੇ ਦਾ ਚੜੂ ਫਿਰ ਕੀ ਅੱਖ ਵਾਲਾ ਰਾਜਾ ਚਾਹੀਦਾ ਯਾਰ ਰੰਗਲੇ ਪੰਜਾਬ ਹਨਾ ਏਦਾਂ ਕੁਛ ਉਹ ਜਿਹੜਾ ਮੈਂ ਤੁਹਾਨੂੰ ਗੱਦਾਰ ਉਹ ਜੇ ਵਰਲਡ ਉਹ ਨਾਮ ਮੈਂ ਥੋੜਾ ਨਾ ਨਹੀਂ ਲਿਆ ਜਨ ਤੇ ਉਹਦੀ ਕੰਟਰੋਵਰਸੀ ਬਹੁਤ ਪ੍ਰੋਬਲਮ ਜੀ ਪਈ ਸੀ ਆਪਾਂ ਨੂੰ ਸਮਝ ਗਿਆ ਕਿਉਂਕਿ ਕਈ ਲੋਕਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਗੋਪੀ ਕੀ ਸੀ ਤੇ ਕੀ ਬਣ ਗਿਆ ਗੋਪੀ ਕਿੱਦਾਂ ਲਿਖਣ ਲੱਗ ਗਿਆ ਗੋਪੀ ਕਿੱਦਾਂ ਗਾਉਣ ਲੱਗ ਗਿਆ ਨਹੀਂ ਆਪਾਂ ਨੂੰ ਬਾਈ ਮੈਂ ਨਾ ਤੁਸੀਂ ਪ੍ਰਿੰਸ ਲਾਹੌਰ ਬੁੱਕ ਪੜ੍ਹ ਕੇ ਦੇਖਿਓ ਇੰਨਾ ਇੱਦਾਂ ਲੱਗਦਾ ਵੀ ਆਪਾਂ ਨਾ ਕਿਸੇ ਨੇ ਸਾਨੂੰ ਕੋਈ ਕੰਮ ਦਿੱਤਾ ਅਸੀਂ ਕਰੇ ਹੀ ਨਹੀਂ ਰਹੇ ਜਿੱਦਾਂ ਸਾਡੇ ਬਜ਼ੁਰਗ ਸਾਨੂੰ ਕੰਮ ਦੇ ਕੇ ਗਏ ਆ ਕੋਈ ਪ੍ਰਿੰਸ ਟੂ ਲਾਹੌਰ ਕਿਤਾਬ ਪੜ੍ਹੇ ਹੋਰ ਵੀ ਤੁਹਾਨੂੰ ਕਾਫੀ ਸਾਰੀਆਂ ਬੁੱਕਾਂ ਆ ਬਦਮਾਸ਼ੀ ਬਦਮੁਸ਼ ਵੀ ਕਰਦੇ ਰਹੇ ਗੋਪੀ ਬਈ ਮੈਂ ਆਪਣੇ ਟਾਈਮ 'ਚ ਬਥੇਰਾ ਆਪਣਾ ਸਾਡੇ ਜਿੱਥੇ ਕਾਂਡ ਹੁੰਦਾ ਸੀ ਪਹਿਲਾਂ ਨਾਮ ਮੇਰਾ ਹੀ ਸੀਗਾ ਅੱਛਾ ਹਾਂ ਆਪਣੇ ਟਾਈਮ 'ਚ ਇੱਦਾਂ ਆਪਾਂ ਬਥੇਰੀ ਬਹੁਤ ਮਤਲਬ ਕਿ ਪੁੱਠੇ ਸਿੱਧੇ ਕੰਮ ਕੀਤੇ ਅੱਜ ਵੀ ਕਰਦੇ ਨਹੀਂ ਹੁਣ ਲੋੜ ਕੀ ਆ ਬਈ ਟਾਈਮ ਨੇ ਹਾਂ ਹੁਣ ਗਾਣਿਆਂ 'ਚ ਲਿਖ ਕੇ ਪੜਾਸ ਕੱਢ ਲਈਦੀ ਆ ਜਿਹਨੂੰ ਲੋੜ ਆ ਕੋਈ ਵੀ ਹੈ ਨਾ ਤੇ ਸਮਾਂ ਹੁੰਦਾ ਇਹ ਤੁਹਾਡਾ ਉਹ ਸਮਾਂ ਹੁੰਦਾ ਜੇ ਮੈਂ ਇਹ ਕਹਿੰਦਾ ਵੀ ਇਹ ਚੀਜ਼ ਸਦਾ ਨਹੀਂ ਤੁਹਾਡੇ ਨਾਲ ਰਹਿੰਦੀ ਹਰੇਕ ਖੇਡਾਂ ਖੇਡਣ ਦਾ ਸਮਾਂ ਹੁੰਦਾ ਹਾ ਬਦਮਾਸ਼ੀ ਵਾਲਾ ਇੱਕ ਸਮਾਂ ਹੁੰਦਾ ਇੱਕ ਪਰਿਵਾਰ ਪਾਲਣਾ ਉਹ ਸਮਾਂ ਹੁੰਦਾ ਹੈਨਾ ਇੱਕ ਪਰਿਵਾਰ ਦੀਆਂ ਗੱਲਾਂ ਸੁਣਨੀਆਂ ਕਿਸੇ ਟਾਈਮ ਉਹ ਵੀ ਸਮਾਂ ਆਉਂਦਾ ਇਹ ਸਾਨੂੰ ਤਿੰਨੇ ਚਾਰ ਪੜਾਓ ਆ ਜ਼ਿੰਦਗੀ ਦੇ ਇਹ ਸਾਨੂੰ ਕਰਨੇ ਹੀ ਪੈਣੇ ਆ ਕਹਿੰਦੇ ਨਹੀਂ ਹੁੰਦੇ ਬਜ਼ੁਰਗ ਕਾਕਾ ਜਦੋਂ ਮੈਂ ਤੇਰੇ ਵਰਗਾ ਹੁੰਦਾ ਸੀ ਤਾਂ ਮੈਂ ਐਂ ਕਰ ਦਿੰਦਾ ਸੀ ਮੈਂ ਇੱਕ ਤੁਹਾਡੇ ਗਾਣੇ 'ਚ ਲਾਈਨ ਪੜ੍ਹੀ ਆ ਕਹਿੰਦੇ ਵੀ ਨਾ ਕੁੜੀਆਂ ਲਾਈਕਸ ਦੇ ਚੱਕਰ 'ਚ ਅੱਧੇ ਕੱਪੜੇ ਪਾ ਕੇ ਦਿਖਾਉਂਦੀਆਂ ਸ਼ੋ ਆਫ ਕਰਦੀਆਂ ਵਿਊ ਦੇ ਚੱਕਰਾਂ 'ਚ ਇਹ ਸੋਚ ਨੂੰ ਬਈ ਸੱਚ ਸਮਝਦੇ ਹੋ ਅੱਜ ਦੇ ਟਾਈਮ 'ਚ ਵੀ ਅਸੀਂ ਉਹ ਥਿੰਕਿੰਗ ਸਾਡੀ ਜਿਹੜੀ ਸਾਰੀ ਆ ਸਾਨੂੰ
ਫੋਕਸ ਇੱਕ ਤਾਂ ਨਹੀਂ ਬਾਈ, ਤੁਸੀਂ ਆਪਣੇ ਗਾਣੇ ਜਿਵੇਂ ਇੱਕ ਨਾ ਪਤਾ ਨਹੀਂ ਸ਼ਾਇਦ ਕਿਹੜਾ ਡੁੱਬਦਾ ਪੰਜਾਬ ਸ਼ਾਇਦ ਉਹ ਗਾਣੇ ਦਾ ਨਾਂ ਸੀਗਾ, ਤੇ ਉੱਥੇ ਤੁਸੀਂ ਜ਼ਿਕਰ ਕੀਤਾ ਹੋਇਆ ਕਿ ਕੁੜੀਆਂ ਜਿਵੇਂ ਅੱਧੇ ਕੱਪੜੇ ਪਾ ਕੇ ਦਿਖਾਵੇ ਕਰਦੀਆਂ, ਇਹ ਕਿਉਂ ਲਿਖੀ ਬਾਈ ਇਹ ਚੀਜ਼, ਕਿੱਥੋਂ ਤੋਂ ਕਿਵੇਂ ਮਹਿਸੂਸ ਹੋਇਆ? ਹਾਂਜੀ ਹਾਂਜੀ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਇਹ ਕੁੜੀਆਂ ਅੱਜ ਕੱਲ੍ਹ ਤੁਸੀਂ ਇੱਕ ਦੇਖਿਓ, ਜਦੋਂ ਆਪਾਂ ਕਿਸੇ ਕੁੜੀ ਦੀ ਵੀਡੀਓ ਦੇਖਣੀ ਹੈ ਨਾ ਗਾਣੇ 'ਤੇ ਕਿਸੇ 'ਤੇ ਮਿਕਰਿੰਗ ਕਰਦੀ ਹੈ, ਹੈ ਨਾ, ਅਤੇ ਮੇਰੇ ਹਿਸਾਬ ਨਾਲ ਲਿਪਸਿੰਗ ਮੂੰਹ ਨਾਲ ਹੁੰਦੀ ਆ, ਕੈਮਰਾ ਦਾ ਪਿੱਛੇ ਲੱਗਾ ਹੁੰਦਾ, ਪਿੱਛੇ ਕੈਮਰੇ ਦਾ ਕੰਮ, ਫੋਪੜਾ ਦਾ ਤੁਹਾਡਾ ਮੂਹਰੇ ਆ, ਹੈ ਨਾ, ਕੈਮਰਾ ਤੁਹਾਡਾ ਪਿੱਛੇ ਲੱਗਾ, ਗਾਣਾ ਤੁਸੀਂ ਮੂੰਹ ਨਾਲ ਗਾਉਣਾ, ਪਿੱਛਿਓਂ ਥੋੜ੍ਹੀ ਗਾਉਣਾ, ਘਰ ਦੇ ਪਿੱਛੋਂ, ਅਤੇ ਮਤਲਬ ਕਿ ਉਹ ਤੁਸੀਂ ਉਹ ਚੀਜ਼ ਨੂੰ ਜਿਹੜਾ ਮਤਲਬ ਬੰਦਾ ਦੇਖਣਾ ਨਹੀਂ ਚਾਹੁੰਦਾ, ਉਹ ਦਿਖਾਉਣਾ ਨਹੀਂ ਚਾਹੁੰਦੇ, ਬੰਦਾ ਦੇਖਣਾ ਚਾਹੁੰਦਾ ਸੋਰੀ, ਉਹ ਦਿਖਾਉਣਾ ਚਾਹੁੰਦੇ, ਅਤੇ ਉਹ ਚੀਜ਼ ਨਾਲ ਥੋੜ੍ਹਾ ਬੱਚਿਆਂ 'ਤੇ ਅਸਰ ਪੈਂਦਾ, ਥੋੜ੍ਹਾ ਛੋਟੇ ਬੱਚਿਆਂ 'ਤੇ। ਹੋਰ ਆਪਾਂ ਕਰਦੇ ਕੋਈ, ਇਹ ਛੱਡੋ, ਇਹਨਾਂ ਨੇ ਤਾਂ ਸੁਧਰਨਾ ਨਹੀਂ ਕਰੀ, ਇਹਦਾ ਚੱਲਦਾ ਹੀ ਨਹੀਂ। ਮੈਨੂੰ ਐਂ ਲੱਗਦਾ, ਮੈਂ ਕਿਹਾ ਚਲੋ ਯਾਰ ਗੋਪੀ ਬਾਈ ਨੂੰ ਮਿਲ ਮੁਲ ਕੇ ਤੁਸੀਂ ਗੱਲਾਂ ਬਾਤਾਂ ਕਰੀਏ। ਹੁਣ ਗੋਪੀ ਬਾਈ ਹੁਣ ਅੱਗੇ ਕੀ ਵਿਚਾਰ ਆ, ਹੁਣ ਗਾਣੇ ਗੁਣੇ ਇੱਦਾਂ ਹੀ ਕਰਨੇ, ਫਿਲਮ ਫੁਲਮ ਕੁਛ ਨਹੀਂ? ਗਾਣੇ ਆਪਾਂ ਨਾ ਇੱਦਾਂ ਵੀ ਫਿਲਮ ਫੁਲਮ ਪਤਾ ਵੀ ਕੋਈ ਨਹੀਂ, ਕਿ ਆ ਗਿਆ ਕੰਮ ਤਾਂ ਕਰ ਲਵਾਂਗੇ, ਸਟੋਰੀ ਵਧੀਆ ਹੋਵੇ ਸਾਡੇ ਮਤਵਲ ਦੀ ਹੋਵੇ, ਇਹ ਨਹੀਂ ਵੀ ਉੱਦਾਂ ਹੀ, ਹੈ ਨਾ। ਅਤੇ ਇੱਦਾਂ ਦੀਆਂ ਫਿਲਮਾਂ ਦਾ ਮੈਂ ਕਾਹੀ, ਕਿਉਂਕਿ ਮੈਂ ਆਪਣਾ ਦੁਬਾਰਾ ਕਿਰਦਾਰ, ਕਿਉਂਕਿ ਇਸ ਵੇਲੇ ਆਡੀਅੰਸ ਤੋਂ ਇੱਕ ਮੇਰੀ ਕਹਾਣੀ ਬਹੁਤ ਸੋਹਣੀ ਆ, ਇੱਕ ਬੰਦਾ ਕਮੇਡੀਅਨ ਆਇਆ, ਹੁਣ ਉਹ ਕੀ, ਮੈਂ ਇੱਕ ਸਕੂਲ ਦਾ ਨਨੈਕ ਬੱਚਾ, ਹੈ ਨਾ, ਅਤੇ ਲੋਕ ਉਹਨੂੰ ਦੇਖਣਾ ਚਾਹੁੰਦੇ ਆ ਵੀ ਉਹ ਫਸਟ ਕਿੱਦਾਂ ਆ ਗਿਆ, ਹੈ ਨਾ, ਅਤੇ ਹੁਣ ਸਭ ਦੀਆਂ ਇੱਦਾਂ ਅੱਖਾਂ ਰਹਿੰਦੀਆਂ ਮੇਰੇ 'ਤੇ ਵੀ ਉਹ ਯਾਰ ਲੌਂਗੀ ਆ, ਸੱਚੀ ਸੌ ਲੱਗੇ ਯਾਰ, ਤਿੰਨ ਤੋਂ ਨਹੀਂ ਸੀ ਲੌਂਗੀ ਆ ਯਾਰ। ਹੁਣ ਆਪਾਂ ਥੋੜ੍ਹਾ ਕਲਾਸਿਕ ਵੀ ਹੁਣ ਗਾਂ ਐਕਸਪੈਰੀਮੈਂਟ ਕਰ ਰਹੇ ਹਾਂ, ਕੁਛ ਹੋਰ ਵੀ ਵਧੀਆ ਵਧੀਆ ਚੀਜ਼ਾਂ, ਜਿਹੜਾ ਇੱਕ ਐਜ਼ ਏ ਐਜ਼ ਏ ਆਰਟਿਸਟ ਅਸੀਂ ਨਿਭਾ ਸਕੀਏ। ਮੈਂ ਇੱਕ ਰੈਪ ਬਹੁਤ ਵਧੀਆ ਕਰ ਲਵਾਂ, ਬਹੁਤ ਵਧੀਆ ਤਰੀਕੇ ਨਾਲ ਨਿਭਾ ਲਵਾਂ, ਮੇਰੇ ਲਈ ਉਹ ਹੀ ਇੱਕ ਵੱਡੀ ਗੱਲ। ਠੀਕ ਆ, ਬਸ ਗੁੱਪ ਬਈ, ਹੋ ਗਈ ਇੰਟਰਵਿਊ, ਆਪਾਂ ਇਹੀ ਗੱਲਾਂ ਬਾਤਾਂ ਕਰਨੀਆਂ ਸੀਗੀਆਂ। ਹਾਂਜੀ, ਬੜਾ ਬੜਾ ਧੰਨਵਾਦ, ਛੇਤੀ ਮਿਲ ਕੇ ਲਾਉਂਦੇ ਹਾਂ ਹੁਣ ਅਗਲੇ ਗਾਣੇ ਗੁਣੇ 'ਚ ਰੌਣਕਾਂ। ਬਿਲਕੁਲ, ਫਿਰ ਆਪਾਂ ਫਿਲਹਾਲ ਹੁਣ ਅਸੀਂ ਚਾਹ ਚੂ ਪੀਣ ਲੱਗੇ ਹਾਂ, ਅਤੇ ਸਵਾਦ ਆਇਆ ਗੱਲਬਾਤ ਕਰਕੇ, ਛੇਤੀ ਮਿਲਦੇ ਹਾਂ ਹੁਣ ਅਗਲੇ ਪ੍ਰੋਜੈਕਟ ਦੇ ਨਾਲ। ਜ਼ਰੂਰ ਜ਼ਰੂਰ ਭਾਈ, ਧੰਨਵਾਦ ਭਾਈ।